ਅਸੀ ਗੱਲ ਜੀ ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ ਐਂਡ ਮਾਸਟਰ ਕਲਾਸਿਸ ਪਟਿਆਲਾ ਵੱਲੋਂ ਇੱਕ ਨਵਾਂ ਇਨੀਸ਼ੀਏਟਿਵ ਲਿਆ ਜਾ ਰਿਹਾ ਹੈ ਜੋ ਕਿ YouTube ਵਾਸਤੇ ਆ ਇਹਦੇ ਚ ਅਸੀਂ ਜਿੰਨੇ ਅੱਜ ਤੱਕ ਪੁਰਾਣੇ ਪੰਜਾਬ ਦੇ ਗਰੁੱਪ B ਦੇ ਪੇਪਰ ਪੀਪੀਐਸਸੀ ਤੋਂ ਬਿਨਾ ਦੂਜੇ ਅਦਾਰਿਆਂ ਨੇ ਲਏ ਆ ਜਿਵੇਂ ਕਿ ਪੰਜਾਬ ਯੂਨੀਵਰਸਿਟੀ ਲੰਬੇ ਸਮੇਂ ਤੋਂ ਪੀਪੀ ਗਰੁੱਪ B ਦੇ ਪੇਪਰ ਲੈਂਦੀ ਰਹੀ ਆ ਤੇ ਹੁਣ ਵੀ ਚੰਡੀਗੜ੍ਹ ਦੇ ਪੇਪਰ ਲੈ ਰਹੀ ਆ ਇਸ ਤੋਂ ਬਿਨਾ ਹੋਰ ਗਰੁੱਪ B ਦੇ ਤੇ ਚੰਗੇ ਜਿੰਨੇ ਵੀ ਪੇਪਰ ਪੰਜਾਬ ਨਾਲ ਪਿਛਲੇ 10 ਸਾਲਾਂ ਚ ਹੋਏ ਆ ਉਹਨਾਂ ਪੇਪਰਾਂ ਦੇ ਵਿੱਚ ਗਰੁੱਪ B ਦੇ ਪੇਪਰਾਂ ਚ ਜਰਨਲ ਸਟੱਡੀਜ਼ ਜੀਕੇ ਤੇ ਪੰਜਾਬ ਜੀਕੇ ਦਾ ਲੈਵਲ ਕਿਸ ਤਰ੍ਹਾਂ ਦਾ ਰਿਹਾ ਹੈ ਤੇ ਕੱਲੇ ਪੁਰਾਣੇ ਪੇਪਰ ਨਹੀਂ ਤੇ ਮਾਡਲ ਕੁਐਸ਼ਨਸ ਕਿ ਅੱਜ ਪੰਜਾਬ ਜੀਕੇ ਦੇ ਕੁਐਸ਼ਨਸ ਕਿਸ ਤਰੀਕੇ ਦੇ ਫਰੇਮ ਹੋ ਰਹੇ ਆ ਕਿਉਂਕਿ ਬਹੁਤ ਸਾਰੇ ਬੱਚੇ ਕਹਿ ਰਹੇ ਸੀ ਕਿ ਸਰ YouTube ਵਾਸਤੇ ਕੋਈ ਇਨੀਸ਼ੀਏਟਿਵ ਲਓ ਤਾਂ ਸਾਨੂੰ ਇਹ ਹੁੰਦਾ ਕਿ ਜਦੋਂ ਤੱਕ ਸਾਡੇ ਕੋਲ ਕੁਆਲਿਟੀ ਕੰਟੈਂਟ ਹੈ ਨਹੀਂ ਕਿਤੇ ਦੇਣ ਵਾਸਤੇ ਤਾਂ ਅਸੀਂ ਬੱਚਿਆਂ ਦਾ ਟਾਈਮ ਖਰਾਬ ਨਹੀਂ ਕਰ ਸਕਦੇ ਤੋ ਇੱਕ ਬੜਾ ਚੰਗਾ ਕੁਆਲਿਟੀ ਕੰਟੈਂਟ ਕੁਐਸ਼ਨਸ ਦੇ ਰੂਪ ਦੇ ਵਿੱਚ ਤੇ ਇਹ ਉਪਰਾਲਾ ਕਿਉਂਕਿ ਸੰਸਾਧਨਾਂ ਦੀ ਕਮੀ ਹੋਣ ਕਰਕੇ ਪਹਿਲਾਂ ਅਸੀਂ ਸਿਰਫ ਜੀਐਸ ਦੇ 50 ਨੰਬਰ ਦੇ ਪੋਰਸ਼ਨ ਚੋਂ ਹੀ ਪਿਕ ਕਰ ਰਹੇ ਹਾਂ ਤੇ ਜਿਸ ਤਰੀਕੇ ਨਾਲ ਸਾਨੂੰ ਲੱਗੂਗਾ ਕਿ ਇਹਦੀ ਲੋੜ 50 ਨੰਬਰ ਤੋਂ ਬਾਅਦ ਇੰਗਲਿਸ਼ ਪੰਜਾਬੀ ਕੰਪਿਊਟਰ 'ਚ ਵੀ ਹੋਊਗੀ ਤਾਂ ਅਸੀਂ ਉਸ ਪਾਸੇ ਨੂੰ ਵੀ ਇਨੀਸ਼ੀਏਟਿਵ ਲਵਾਂਗੇ ਸਭ ਤੋਂ ਵੱਧ ਡਿਮਾਂਡ ਜੀਕੇ ਨਾਲ ਸੰਬੰਧਿਤ ਸੀ ਸੋ ਇਹਦੇ ਵਾਸਤੇ ਇੱਕ ਸੀਰੀਜ਼ ਸਟਾਰਟ ਕੀਤੀ ਜਾ ਰਹੀ ਹੈ ਜਿਹਦੇ ਸਾਨੂੰ ਪ੍ਰੀਵੀਅਸ ইয়ার ਕੁਐਸ਼ਨਸ ਉਹਨਾਂ ਦਾ ਲੈਵਲ ਮੈਂ ਨਹੀਂ ਕਹਿੰਦਾ ਕਿ ਪੇਪਰ 'ਚ ਸਿੱਧੇ ਆਉਣਗੇ ਬਟ ਹਾਂ ਇਹ ਜ਼ਰੂਰ ਆ ਕਿ ਤੁਹਾਨੂੰ ਆਈਡੀਆ ਹੋਊਗਾ ਕਿ ਗਰੁੱਪ B ਲੈਵਲ ਦੇ ਪੇਪਰ 'ਚ ਜੇ ਵਨ ਲਾਈਨਰ ਕੁਐਸ਼ਨ ਔਖਾ ਹੋ ਕੇ ਆਵੇ ਤਾਂ ਕਿਵੇਂ ਦਾ ਆ ਸਕਦਾ ਹੈ ਐਕਸਪੀਰੀਅੰਸ ਵਾਸਤੇ ਅਸੀਂ ਪੁਰਾਣੇ ਪੇਪਰਾਂ ਦਾ ਰੈਫਰੈਂਸ ਹੀ ਦਵਾਂਗੇ ਤੇ ਸਾਰੇ ਕੁਐਸਚਨਸ 80-85% ਸਵਾਲ ਪੁਰਾਣੇ ਪੇਪਰਾਂ ਤੋਂ 2016 17 18 19 ਦੇ ਗਰੁੱਪ B ਲੈਵਲ ਦੇ ਪੇਪਰਾਂ ਚੋਂ ਲਈ ਜਾਣਗੇ ਸੋ ਤੁਸੀਂ ਇਸ ਵੀਡੀਓ ਨੂੰ ਹੁਣ ਅੱਗੇ ਦੇਖੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਜਣਿਆਂ ਨੂੰ ਤਾਂ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪਟਿਆਲਾ ਦੇ ਪਲੇਟਫਾਰਮ ਦੇ ਉੱਤੇ ਤਾਂ ਮੇਰਾ ਨਾਮ ਹੈ ਜੀ ਬਲਵੰਤ ਸਿੰਘ ਤੇ ਲਗਭਗ ਲਗਭਗ ਸਾਰੀ ਆਡੀਅנס ਮੈਨੂੰ ਜਾਣਦੀ ਹੋਊਗੀ ਠੀਕ ਹੈ ਪਰ ਉਹ ਮੈਟਰ ਨਹੀਂ ਕਰਦਾ ਹੈਗਾ ਠੀਕ ਹੈ ਜੋ ਮੈਟਰ ਕਰਦਾ ਉਹਦੇ ਤੇ ਗੱਲ ਕਰਦੇ ਆ ਪਿਛਲੇ ਕੁਝ ਮਹੀਨਿਆਂ ਤੋਂ ਜਿਹੜੇ ਬੱਚੇ ਆਪਣੇ ਨਿਰਾਸ਼ ਸੀਗੇ ਕਿਉਂਕਿ ਪਿਛਲੇ ਦੀਵਾਲੀ ਤੋਂ ਪਹਿਲਾਂ 2 ਦਿਨ ਪਹਿਲਾਂ ਕਲਰਕ ਦਾ ਰਿਜ਼ਲਟ ਆਇਆ ਐ ਐਡਵਰਟਾਈਜ਼ਮੈਂਟ ਨੰਬਰ 15 2022 ਦਾ ਤੇ ਉਸ ਤੋਂ ਪਹਿਲਾਂ ਸੀਸੀਡੀਓ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦਾ ਰਿਜ਼ਲਟ ਆਇਆ ਉਸ ਤੋਂ ਪਹਿਲਾਂ ਐਕਸਾਈਜ਼ ਦਾ ਆਇਆ ਐ ਐਕਸਾਈਜ਼ ਇੰਸਪੈਕਟਰ ਦੀ ਦਾ ਚਲੋ ਜੁਆਇਨਿੰਗ ਵੀ ਸ਼ੁਰੂ ਹੋਣ ਵਾਲੀ ਹੈ ਇੱਕ ਕੋਆਪਰੇਟਿਵ ਇਨਸਪੈਕਟਰ ਜੋ ਕਿ ਪੀਪੀਐਸਸੀ ਦੁਆਰਾ ਲਿਆ ਗਿਆ ਸੀਗਾ ਉਹਦੀ ਵੀ ਜੁਆਇਨਿੰਗ ਹੋ ਚੁੱਕੀ ਹੈ ਲਗਭਗ ਲਗਭਗ 1 ਮਹੀਨਾ ਹੋ ਗਿਆ ਤੇ ਹੁਣ ਕੁਝ ਕੈਂਡੀਡੇਟ ਸੀਗੇ ਜਿਨ੍ਹਾਂ ਦੇ ਮਨ ਦੇ ਵਿੱਚ ਸਵਾਲ ਸੀ ਵੀ ਜਿਹੜੇ ਹੁਣ ਐਗਜ਼ਾਮ ਨੇ ਅੱਕੇ ਵੀ ਉਹ ਕਿਸ ਤਰ੍ਹਾਂ ਚੱਲਣਗੇ ਕੌਣ ਲਊਗਾ ਕਿਉਂਕਿ ਇੱਕ ਸਾਰੇ ਬੱਚਿਆਂ ਨੂੰ ਇੱਕ ਦਿੱਕਤ ਵੀ ਆਈ ਹੈ ਨਾ ਪਿਛਲੇ ਜੇ ਸਮੇਂ ਦੇ ਵਿੱਚ ਕਹਿੰਦੇ ਨਹੀਂ ਹੁੰਦੇ ਵੀ ਜਦੋਂ ਆਪਣੇ ਲਈ ਬੇ ਜਿਆਦਾ ਜਾਣਕਾਰੀ ਆਣ ਲੱਗ ਜੇ ਆਪਾਂ ਫਿਰ ਵੀ ਕਈ ਵਾਰੀ ਕਨਫਿਊਜ਼ ਹੋ ਜਾਂਦੇ ਆ ਹੁਣ ਇਹੀ ਦੌਰ ਚੱਲ ਰਿਹਾ ਹੈ ਜਾਣਕਾਰੀ ਬਹੁਤ ਜ਼ਿਆਦਾ ਆਪਣੇ ਲਵੇ ਐਨੇ ਜ਼ਿਆਦਾ ਟੈਲੀਗ੍ਰਾਮ ਗਰੁੱਪਸ ਨੇ ਵਟਸਐਪ ਗਰੁੱਪਸ ਨੇ ਲੋਕ ਆਪਾਂ ਨੂੰ ਇੰਨਾ ਜਾਣਦੇ ਨੇ ਆਪਾਂ ਇੱਕ ਦੂਜੇ ਨਾਲ ਇੰਨਾ ਜੁੜ ਚੁੱਕੇ ਆਂ ਕਿ ਕਿਸੇ ਬੱਚੇ ਨੂੰ ਆਪਾਂ ਕਈ ਵਾਰੀ ਇੰਨਾ-ਇੰਨਾ ਚਿਰ ਵੀ ਨਹੀਂ ਮਿਲੇ ਹੁੰਦੇ ਕਦੇ ਵੀ ਨਹੀਂ ਮਿਲੇ ਹੁੰਦੇ ਫਿਰ ਵੀ ਆਪਣੀ ਰੈਗੂਲਰ ਬੇਸ ਦੇ ਉੱਤੇ ਉੱਤੇ ਉਹਦੇ ਨਾਲ ਗੱਲ ਹੋ ਰਹੀ ਹੁੰਦੀ ਹੈ ਆਪਾਂ ਉਹ ਤੋਂ ਗਾਈਡੈਂਸ ਲੈ ਰਹੇ ਹੁੰਨੇ ਆ ਮੇਰੇ ਨਾਲ ਇਦਾਂ ਦਾ ਬਹੁਤ ਕੁਝ ਹੁੰਦਾ ਮੈਨੂੰ ਬੱਚਿਆਂ ਦੇ ਫੋਨ ਆਉਂਦੇ ਨੇ ਮੈਸੇਜ ਆਉਂਦੇ ਨੇ ਜਿਨ੍ਹਾਂ ਨੂੰ ਮੈਂ ਕਦੇ ਜ਼ਿੰਦਗੀ ਦੇ ਵਿੱਚ ਦੇਖਿਆ ਵੀ ਨਹੀਂ ਹੈਗਾ ਠੀਕ ਹੈ ਚਲੋ ਉਹ ਮੈਟਰ ਨਹੀਂ ਕਰਦਾ ਤਾ ਜਾਦੇ ਇਨਫੋਰਮੇਸ਼ਨ ਦੇ ਹਿਸਾਬ ਨਾਲ ਆਪਾਂ ਨਾ ਉਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਸੋਚਣ ਲੱਗ ਜਾਨੇ ਆ ਵੀ ਕੀ ਹੋ ਰਿਹਾ ਹੈ ਕਿਵੇਂ ਹੋਊਗਾ ਪੀਪੀਐਸਸੀ ਪੇਪਰ ਕਿਉਂ ਨਹੀਂ ਲੈ ਰਹੀ ਗਰੁੱਪ ਬੀ ਦੇ ਹੁਣ ਗਰੁੱਪ ਬੀ ਦੇ ਪੇਪਰ ਪੀਟ੍ਰਿਪਲ ਐਸਬੀ ਲਊਗੀ ਤਾਂ ਕੱਲ ਸਾਰੀਆਂ ਜਿਹੜੀਆਂ ਦਿੱਕਤਾਂ ਨੇ ਉਹਨਾਂ ਦਾ ਇੱਕ ਸੋਲੂਸ਼ਨ ਆਇਆ ਛੋਟਾ ਜਿਹਾ ਪੀਟ੍ਰਿਪਲ ਐਸਬੀ ਬੋਰਡ ਦੁਆਰਾ ਆਪਣੀ ਸਾਈਟ ਦੇ ਉੱਤੇ ਇੱਕ ਸਿਲੇਬਸ ਪਾਇਆ ਗਿਆ ਹੈ ਜੂਨੀਅਰ ਅਸਿਸਟੈਂਟ ਕਮ ਇੰਸਪੈਕਟਰ ਦਾ ਬਹੁਤ ਸੋਹਣੀ ਪੋਸਟ ਹੈ 170 ਪਲੱਸ ਪੋਸਟਾਂ ਨੇ ਠੀਕ ਹੈ ਆਪਾਂ ਆਈ ਮੈਂ ਕਹਿ ਸਕਦਾ ਮੈਂ ਤੁਹਾਨੂੰ ਤੁਸੀਂ ਯਕੀਨ ਨਹੀਂ ਕਰਨਾ ਇਹ ਇੰਨੀ ਅੰਡਰ ਰੇਟਡ ਜੌਬ ਹੈ ਨਾ ਵੀ ਲੋਕਾਂ ਨੂੰ ਪਤਾ ਹੀ ਨਹੀਂ ਵੀ ਇਹ ਕੀ ਚੀਜ਼ ਹੈ ਇੰਨੀ ਸੋਹਣੀ ਨੌਕਰੀ ਹੈ ਜੇ ਤੁਸੀਂ ਕਿਸੇ ਨੂੰ ਜਾ ਕੇ ਮਿਲੋ ਠੀਕ ਹੈ ਜੋ ਕਿ ਆਲਰੇਡੀ 2015 ਦੇ ਵਿੱਚ ਇਹ ਪੇਪਰ ਕਲੀਅਰ ਕਰਕੇ ਲੱਗਿਆ ਹੋਇਆ ਉਹਨੂੰ ਜਾ ਕੇ ਮਿਲੋਗੇ ਤੇ ਆਪਾਂ ਨਾ ਕੁਝ ਪੋਸਟਾਂ ਦੀ ਹਾਈਪ ਕਰੀਏ ਕਰ ਦਨੇ ਆ ਵੀ ਯਾਰ ਜੇ ਲੱਗਣਾ ਤਾਂ ਨੈਪ ਤਹਿਸੀਲਾਰੀ ਲੱਗਣਾ ਠੀਕ ਹੈ ਜੇ ਲੱਗਣਾ ਤਾਂ ਐਕਸਾਈਜ਼ ਇਨਸਪੈਕਟਰ ਹੀ ਲੱਗਣਾ ਉਹਨਾਂ ਨੂੰ ਇਹ ਲੱਗਣ ਲੱਗ ਜਾਂਦਾ ਵੀ ਇਹ ਨੌਕਰੀ ਹੈ ਨਾ ਜਿਹੜੀ ਇਹ ਤਾਂ ਐਵੇਂ ਹੀ ਹੈ ਇਹ ਐਵੇਂ ਨਹੀਂ ਹੈਗੀ ਜਿਹੜੀਆਂ ਇਹਦੀਆਂ 170 ਪੋਸਟਾਂ ਨੇ ਇਹਨੂੰ ਤੁਸੀਂ 170 ਨਾ ਦੇਖੋ ਪਹਿਲੀ ਗੱਲ ਤਾਂ ਮੈਂ ਤਾਂ ਇਹਨਾਂ ਨੂੰ 400 ਪੋਸਟਾਂ ਦੇਖਦਾ ਕਿਉਂਕਿ ਇਹਦੇ 'ਚ ਟਾਈਪਿੰਗ ਹੈ ਠੀਕ ਹੈ ਮਤਲਬ ਜਿੱਦਾ ਪਹਿਲ ਤੇ 400 ਚ ਰੈਂਕ ਆ ਗਿਆ ਉਹਦਾ ਲੱਗਣਾ ਲਾਜ਼ਮੀ ਹੈ ਕਿਉਂਕਿ 50% ਬੱਚਿਆਂ ਦੀ ਹੀ ਟਾਈਪਿੰਗ ਕਲੀਅਰ ਹੁੰਦੀ ਹੈ ਤੇ ਉਦੋਂ ਤੱਕ ਕੁਝ ਬੱਚੇ ਐਵੇਂ ਦੇ ਹੋਣਗੇ ਜਿਹੜੇ ਪੇਪਰ ਤਾਂ ਦੇਣਗੇ ਪਰ ਉਹਨਾਂ ਦੀ ਜੁਆਇਨਿੰਗ ਨਹੀਂ ਹੋਈ ਹੁੰਦੀ ਕੋਈ ਵੇਟਿੰਗ 'ਚ ਆ ਰਿਹਾ ਜਿਵੇਂ ਕੋਈ ਕੋਆਪਰੇਟਿਵ ਇਨਸਪੈਕਟਰ ਹੈ 272 ਬੰਦਿਆਂ ਨੂੰ ਜੁਆਇਨਿੰਗ ਲੈਟਰ ਇਸ਼ੂ ਹੋਏ 320 ਪੋਸਟਾਂ ਆਈਆਂ 272 ਨੂੰ ਜੁਆਇਨਿੰਗ ਲੈਟਰ ਇਸ਼ੂ ਹੋਏ 212 ਨੇ ਜੁਆਇਨ ਕੀਤਾ ਬਾਕੀ ਜਿਹੜਾ 108 ਕੈਂਡੀਡੇਟ ਹੈ ਉਹ ਕਿੱਥੇ ਹੈ ਠੀਕ ਹੈ ਉਹਨਾਂ ਦੀ ਵੇਟਿੰਗ ਲਿਸਟ ਵੀ ਤਾਂ ਆਉਣੀ ਹੈ ਨਾ ਤਾਂ ਜਿਹੜੇ ਵਿੱਚ ਅੱਜ ਤੋਂ ਮੰਨ ਲਓ ਉਹਨਾਂ ਦੀ ਵੇਟਿੰਗ ਲਿਸਟ 6 ਮਹੀਨੇ ਬਾਅਦ ਆਉਂਦੀ ਹੈ ਤਾਂ ਕੁਝ ਬੱਚੇ ਉਦੋਂ ਤੱਕ ਇਹੀ ਪੇਪਰ ਵੀ ਦੇ ਦੇਣਗੇ ਇੰਸਪੈਕਟਰ ਵਾਲਾ ਤੇ ਉਹ ਬਾਅਦ ਵਿੱਚ ਇੱਧਰ ਵੀ ਸ਼ਿਫਟ ਕਰ ਸਕਦੇ ਨੇ ਕੁਝ ਉੱਧਰ ਵੀ ਰਹਿ ਸਕਦੇ ਨੇ ਤੇ ਆਮ ਤੌਰ ਤੇ ਬੱਚੇ ਪੁਰਾਣੀ ਰਿਕਰੂਟਮੈਂਟ 'ਚ ਹੀ ਲੱਗਦੇ ਹੁੰਦੇ ਨੇ ਕਿਉਂਕਿ ਕਈ ਵਾਰੀ ਕੁਝ ਅੱਗੇ ਜਾ ਕੇ ਫਾਇਦੇ ਹੋ ਜਾਂਦੇ ਨੇ ਇਨਕਰੀਮੈਂਟ ਵਗੈ ਠੀਕ ਹੈ ਜੀ ਸਨੀਓਰਿਟੀ ਦਾ ਫਰਕ ਪੈ ਜਾਂਦਾ ਬਹੁਤ ਚੀਜ਼ਾਂ ਹੁੰਦੀਆਂ ਨੇ ਜੋ ਕਿ ਬੰਦਾ ਲੱਗਣ ਤੋਂ ਬਾਅਦ ਸੋਚਦਾ ਤੇ ਲੱਗਣ ਤੋਂ ਪਹਿਲਾਂ ਬਹੁਤ ਘੱਟ ਚੀਜ਼ਾਂ ਆਪਾਂ ਸੋਚਦੇ ਹਾਂ ਹੁਣ ਤਾਂ ਆਪਾਂ ਨੂੰ ਇੱਕ ਸਿੱਧੀ ਜਿਹੀ ਗੱਲ ਹੁੰਦੀ ਹੈ ਵੀ ਰੱਬਾ ਜੇ ਤੁਸੀਂ ਮਾਲਵੇ ਵਿੱਚ ਬੈਠੇ ਹੋ ਵੀ ਮੈਨੂੰ ਭਾਵੇਂ ਪਠਾਨਕੋਟ ਦਵਾ ਦੇ ਮੈਨੂੰ ਨੌਕਰੀ ਲਵਾ ਦੇ ਜਦੋਂ ਬੰਦਾ ਨੌਕਰੀ ਤੇ ਲੱਗ ਕੇ ਜਾਂਦਾ ਹੈ ਹੀ ਸੈਟ ਵੀ ਜਿਹੜੀ ਤਨਖਾਹ ਹੈ ਨਾ ਯਾਰ 3500 400 ਹੀ ਹੈ ਕਟਕਟਾ ਕੇ 323200 32000 ਰੁਪਇਆ ਦਿੰਦੇ ਨੇ ਬਾਹਰ ਮੈਂ ਰਹਿਣਾ ਘਰੋਂ ਦੂਰ ਰਹਿਣਾ ਸੈਟਰਡੇ ਸੰਡੇ ਘਰੇ ਜਾਣਾ ਹੁੰਦਾ ਇਹ ਐ ਉਹ ਐ ਬਹੁਤ ਗੱਲਾਂ ਵੀ ਹੁਣ ਸਰਕਾਰ ਸਾਨੂੰ ਛੇਮਾ ਪੇ ਕਮਿਸ਼ਨ ਦੇ ਦੇ ਫਿਰ ਜਦੋਂ ਉਹ ਵੀ ਮਿਲ ਜਾਂਦਾ ਇਨਕਰੀਮੈਂਟ ਦੇ ਦੇ ਦਿਵਾਲੀ ਤੇ ਡੀਏ ਨਹੀਂ ਦਿੱਤਾ ਅਸੀਂ ਤਾਂ ਹੜਤਾਲ ਕਰਾਂਗੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਸਾਰੀ ਲਾਈਫ ਹੀ ਚੱਲੀ ਜਾਣੀਆਂ ਨੇ ਦਿੱਕਤਾਂ ਕਦੇ ਵੀ ਖਤਮ ਨਹੀਂ ਹੁੰਦੀਆਂ ਹੈਗੀਆਂ ਪਰ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਨਾ ਪਈਏ ਤਾਂ ਬੈਟਰ ਹੈ ਪਰ ਮੇਰੀ ਤੁਹਾਨੂੰ ਇੱਕ ਛੋਟੀ ਜੀ ਸਲਾਹ ਹੈ ਜਿੰਨਾ ਹੱਥ ਤੋਂ ਕੇ ਪੇਪਰ ਦੇ ਮਗਰ ਪਿਆ ਜਾਂਦਾ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦੇ ਜਿਹੜੇ 170 좌ਕਾਂ ਨੇ ਲੱਗਣਾ ਹੈ ਉਹਦੇ ਚੋਂ ਅੱਧੇ ਬੰਦੇ ਮੇਰੀ ਵੀਡੀਓ ਇਹ ਪੱਕਾ ਦੇਖਣ ਦੇਣਗੇ ਠੀਕ ਹੈ ਮਤਲਬ ਵੀ ਜਿਹੜੇ ਸਿਲੈਕਟਡ ਹੋਣਗੇ ਉਹਨਾਂ ਦੇ ਵਿੱਚੋਂ ਅੱਧੇ ਬੰਦੇ ਨੇ ਇਹ ਵੀਡੀਓ ਉਹਨਾਂ ਤੱਕ ਪਹੁੰਚੀ ਹੋਊਗੀ ਮੈਂ ਤੁਹਾਨੂੰ ਅੱਜ ਕਹਿ ਦੇਣਾ ਵੀ ਤੁਸੀਂ ਆਪਣੇ ਆਪ ਨੂੰ ਅਸਲ ਤੋਂ 4 ਸਾਲਾਂ ਬਾਅਦ ਜਦੋਂ ਤੁਸੀਂ ਨੌਕਰੀ ਤੇ ਲੱਗੇ ਤੇ ਕੋਈ ਉਸ ਦੀ ਥਾਂ ਤੇ ਗਰੁੱਪ B ਜਾਂ ਹੋਰ ਕਿਸੇ ਨੌਕਰੀ ਦੇ ਉੱਤੇ ਲੱਗਿਆ ਹੋਇਆ ਉਹ ਨਾਲ ਕੰਪੇਅਰ ਕਰੋਗੇ ਤਾਂ ਯੂ ਆਰ ਇਨ ਬੈਟਰ ਪੋਜੀਸ਼ਨ ਤੁਸੀਂ ਬਹੁਤ ਵਧੀਆ ਪੋਜੀਸ਼ਨ ਦੇ ਉੱਤੇ ਬੈਠੇ ਹੋਵੋਗੇ ਉਸ ਟਾਈਮ ਦੇ ਉੱਤੇ ਤੁਹਾਨੂੰ ਹਜੇ ਲੱਗਦਾ ਵੀ ਇਹ ਨੌਕਰੀ ਉਹ ਹੈ ਪਤਾ ਨਹੀਂ ਕਾਰਪੋਰੇਸ਼ਨ ਹੈ ਤਨਖਾਹਾਂ ਤੁਹਾਨੂੰ ਘੂਆਂ ਦਾ ਰੋੜਾ ਲੋਕ ਸਾਰੀ ਗੱਲਾਂ ਕਰਦੇ ਨੇ ਤਾਂ ਹੀ ਕਿਹਾ ਨਾ ਜਿਆਦਾ ਜਾਣਕਾਰੀ ਆਣ ਲੱਗੀ ਟੈਲੀਗ੍ਰਾਮ ਤੇ ਤਾਂ ਹੀ ਤੁਸੀਂ ਹੁਣ ਮਨਾਂ ਤੇ ਬੋਝ ਪਾ ਲਾਨੇ ਉਹ ਵੀ ਨਹੀਂ ਇਹ ਤਾਂ ਨੌਕਰੀ ਲੈਣ ਤੋਂ ਪਹਿਲਾਂ ਹੀ ਡਿਸਾਈਡ ਕਰ ਲੈਂਦੇ ਨੇ ਵੀ ਇਹ ਨੌਕਰੀ ਤਾਂ ਇੰਨੀ ਵਧੀਆ ਨਹੀਂ ਹੈਗੀ ਮੈਨੂੰ ਕਈ ਬੱਚੇ ਪਰ 1 ਆਫ ਦੀ ਬੈਸਟ ਜੌਬ ਹੈ ਮੇਰੀ ਅੱਜ ਇੱਕ ਗੱਲ ਧਿਆਨ ਨਾਲ ਸੁਣ ਲਓ ਚਲੋ ਆਪਾਂ ਇਹ ਗੱਲਾਂ ਨਹੀਂ ਕਰਨੀਆਂ ਹੈਗੀਆਂ ਹੁਣ ਦੂਜੀ ਗੱਲ ਬੱਚਿਆਂ ਦੇ ਦਿਮਾਗ ਦੇ ਵਿੱਚ ਕੀ ਆ ਰਹੀ ਹੈ ਕੱਲ ਦਾ ਸਿਲੇਬਸ ਦੇਖ ਕੇ ਮੈਂ ਉਹਦੇ ਵਿੱਚ ਸਾਰੇ ਸਬਜੈਕਟਾਂ ਦੀ ਗੱਲ ਨਹੀਂ ਕਰੂੰਗਾ ਮੈਂ ਸਿਰਫ ਦੋ ਸਬਜੈਕਟਾਂ ਦੀ ਗੱਲ ਕਰੂੰਗਾ ਇੱਕ ਤਾਂ ਜੀਐਸ ਮਤਲਬ ਜਨਰਲ ਸਟਡੀ ਸਾਰੀ ਜੋ ਕਿ 30 ਮਾਰਕਸ ਦੀ ਹੈ ਤੇ ਇੱਕ ਪੰਜਾਬ ਜੀ ਕੇ ਜੋ ਕਿ 20 ਮਾਰਕਸ ਦੀ ਹੈ ਮੈਂ ਕਈ ਵਾਰੀ ਗੱਲ ਕਰਦਾ ਹੁੰਨਾ ਆਪਣੇ ਸੀਨੀਅਰਸ ਨਾਲ ਮੌਨ ਨੂੰ ਕਹਿਣਾ ਹੁੰਦਾ ਨਾ ਵੱਡਾ ਸਬਜੈਕਟ ਹੈ ਜਿਹੜਾ ਉਹ ਘੱਟ ਮਾਰਕਸ ਦੇ ਵਿਚ ਆ ਰਿਹਾ ਹੈ ਬੱਚੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਪ੍ਰੀਵੀਅਸ ਇਅਰ ਕੁਐਸਚਨ ਲਾਓ ਇੱਕ ਦੋ ਬੁੱਕਾਂ ਪੜੋ ਜਿਹੜੀਆਂ ਸਟੈਂਡਰਡ ਬੁੱਕਸ ਨੇ ਯੂ ਕੈਨ ਕ੍ਰੈਕ ਦੀ ਐਗਜ਼ਾਮ ਜਿਵੇਂ ਫਾਰ ਐਗਜ਼ਾਮਪਲ ਇਹ ਤੁਹਾਡੇ ਪੇਪਰ ਚ 10 ਨੰਬਰ ਦਾ ਮੈਥ ਹੈ ਜਿੱਥੇ 5 ਦੇ ਮੈਥ ਹੈ 5 ਦੀ ਡੀਆਈ ਹੈ ਐਡਾ ਵੱਡਾ ਮੈਥ ਹੈ ਆਪਾਂ ਨੂੰ ਸਿੰਪਲੀ ਪਤਾ ਹੁੰਦਾ ਵੀ ਪਰਸੈਂਟੇਜ ਕਰ ਲਓ ਪ੍ਰੋਫਿਟ ਐਂਡ ਲਾਸ ਕਰ ਲਓ 2-3 ਚੈਪਟਰ ਇੱਕ ਇਧਰ ਉਧਰ ਕਰ ਲਓ ਵੀ 5 ਚੋਂ ਤੁਹਾਡੇ 4 ਤਾਂ ਆ ਹੀ ਜਾਣਗੇ ਬਟ ਜਦੋਂ ਕੋਈ ਛੋਟਾ ਸਬਜੈਕਟ ਹੋਵੇ ਉਹਦੇ ਚੋ ਮਾਰਕਸ ਬਹੁਤ ਜ਼ਿਆਦੇ ਹੋ ਜਾਣ ਉੱਥੇ ਬਹੁਤ ਜ਼ਿਆਦੇ ਦਿੱਕਤ ਆਉਂਦੀ ਹੈ ਕਿਉਂ ਕਿ ਆਪਣੇ ਲਵੇ ਸੋਰਸਿਸ ਅਵੇਲੇਬਲ ਨਹੀਂ ਹੁੰਦੇ ਐਨੇ ਫਾਰ ਐਗਜ਼ਾਮਪਲ ਇੱਕ ਪੰਜਾਬੀ ਗ੍ਰੰਥ ਰ ਹੈ 15 ਨੰਬਰ ਦੀ ਆਉਂਦੀ ਹੈ ਠੀਕ ਹੈ ਬਟ ਆਪਣੇ ਦਾ ਵੀ ਇੱਕ ਸੋਰਸ ਹੈ ਨਰਿੰਦਰ ਸਿੰਘ ਦੁੱਗਲ ਦੀ ਬੁੱਕ ਕਰ ਲਓ 9ਵੀਂ 10ਵੀਂ ਤੇ ਉਹ ਕਦੇ-ਕਦੇ ਤਾਂ ਕੰਮ ਚੱਲ ਜਾਂਦਾ ਹੈ ਪੇਪਰ ਵਾਲੇ ਵੀ ਤੁਹਾਡੇ ਹਿਸਾਬ ਨਾਲ ਚੱਲ ਜਾਂਦੇ ਨੇ ਬਟ ਮੋਸਟਲੀ ਬੱਚਿਆਂ ਦੇ ਪੰਜਾਬੀ ਦੇ ਵਿੱਚੋਂ ਨੰਬਰ ਕੱਟ ਜਾਂਦੇ ਨੇ ਐਵੇਂ ਹੀ ਹੁਣ ਹੋ ਰਿਹਾ ਪੰਜਾਬ ਜੀਕੇ ਬਹੁਤ ਛੋਟਾ ਜਿਹਾ ਸਬਜੈਕਟ ਹੈ 10 ਗੁਰੂ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸ ਤੋਂ ਬਾਅਦ ਬੰਦਾ ਬਹਾਦਰ ਦਾ ਦੌਰ ਕਈ ਲੋਕ ਕਈ ਵੱਡੇ ਵੱਡੇ ਇੰਸਟੀਟਿਊਟ ਮੈਂ ਇੱਕ ਲੈਕਚਰ ਚ ਨਵੇਂ ਦੇ ਦੇਖੇ ਨੇ ਜੋ ਕਿ ਅੱਧਾ ਸਿਲੇਬਸ ਹੈ ਇਸ ਟਾਈਮ ਮਤਲਬ 10 ਨੰਬਰਾਂ ਦਾ ਮਾਰਕਸ ਕਮ ਆਉਣਾ ਹੋਣਾ ਇੱਕ ਲੈਕਚਰ ਚ ਤੁਸੀਂ ਸੋਚ ਸਕਦੇ ਹੋ ਵੀ ਉਹ ਕਿੰਨੀ ਡੈਪਥ ਤੱਕ ਜਾ ਸਕਦੇ ਨੇ ਤਾਂ ਇਹ ਹੀ ਡੈਪਥ ਨੂੰ ਸਮਝਣਾ ਹੀ ਐਗਜ਼ਾਮ ਕ੍ਰੈਕ ਕਰਨਾ ਹੈ ਐਗਜ਼ਾਮ ਕ੍ਰੈਕ ਕਰਨ ਵਾਸਤੇ ਜਿਆਦਾ ਪੜਨ ਦੀ ਲੋੜ ਨਹੀਂ ਹੁੰਦੀ ਹੈਗੀ ਜਿੰਨਾ ਕਿ ਮੈਂ ਐਗਜ਼ਾਮ ਦੇ ਕੇ ਸਿੱਖਿਆ ਲੱਗ ਕੇ ਸਿੱਖਿਆ ਹੈ ਬਿਨਾ ਲੱਗੇ ਸਿੱਖਿਆ ਕਿੰਨਾ ਸਟਰਗਲ ਕੀਤਾ ਠੀਕ ਹੈ ਮੈਨੂੰ ਇਹਨਾਂ ਸੋਚਦਾ ਵੀ ਜੇ ਤੁਹਾਨੂੰ ਆਪਣੇ ਆਲੇ ਦੁਆਲੇ ਦੀ ਪੂਰੀ ਨੌਲੇਜ ਹੈ ਇਹ ਤੁਹਾਨੂੰ ਇਹ ਪਤਾ ਹੈ ਵੀ ਪੇਪਰ ਜਿਵੇਂ ਫਾਰ ਐਗਜ਼ਾਮਪਲ ਜਦੋਂ ਮੈਂ ਲਾਸਟ ਈਅਰ ਤੇ ਜਦੋਂ ਮੈਂ ਐਗਜ਼ਾਮ ਦਿੱਤੇ ਪਿਛਲੇ 1 ਸਾਲ ਦੇ ਵਿੱਚ ਮੈਂ ਜਦੋਂ ਪੇਪਰ ਦੇਖਦਾ ਸੀਗਾ ਪੀਟ੍ਰ ਪਲਸ ਵੀ ਦਾ ਪੇਪਰ ਹੈ ਮੇਰੇ ਪਹਿਲਾ ਦਿਮਾਗ ਦੇ ਵਿੱਚ ਕੀ ਆਉਂਦਾ ਸੀ ਵੀ ਕਿਹੜੀ ਏਜੰਸੀ ਪੇਪਰ ਲੈ ਰਹੀ ਹੈ ਬੱਚੇ ਨਾ ਹਾਸਦੇ ਹੁੰਦੇ ਸੀਗੇ ਸਾਡੇ ਤੇ ਜਦੋਂ ਅਸੀਂ ਗੱਲਾਂ ਕਰਦੇ ਹੁੰਦੇ ਸੀ ਨਾਈਟ ਲੈ ਰਹੀ ਹੈ ਡੇਟਸ ਕਰਕੇ ਜਾਈ ਯਾਰ ਨੀਟਰ ਲੈ ਰਹੀ ਹੈ ਥੋੜੇ ਜੇ ਪੇਪਰ ਟਫ ਆ ਸਕਦਾ ਹੈ ਧਿਆਨ ਦੇ ਇਜ਼ੀ ਵੀ ਆ ਸਕਦਾ ਹੈ ਠੀਕ ਹੈ ਬਟ ਨਾਈਲ ਨਾਈਲਡ ਪੱਕਾ ਲਿਖਦੀ ਸੀ ਆਪਣੇ ਜੀਐਸ ਵਾਲੇ ਸੈਸ਼ਨ ਦੇ ਵਿੱਚ ਵੀ ਡੇਟਸ ਕਰੋ ਉਹ ਪੰਜਾਬ ਫ੍ਰੀडम ਸਟ੍ਰਗਲ ਪੱਕਾ ਲਿਖਦੀ ਸੀ ਤੇ ਕੁਐਸਚਨ ਵੀ ਪਾਉਂਦੀ ਸੀ ਤੇ ਉਹ ਇੱਕ ਕਰੋਨੋਲੋਜੀ ਵਾਲਾ ਕੁਐਸਚਨ ਹੈ ਉਹਨਾਂ ਦਾ ਐਗਜੈਕਟ ਉਹਨਾਂ ਨੇ ਪਾਉਣਾ ਹੀ ਪਾਉਣਾ ਕਿਉਂਕਿ ਉਹਨਾਂ ਨੇ ਲਿਖਦੇ ਸੀਗੇ ਉਹ ਜੀਐਨਡੀਯੂ ਲੈਰੀ ਹੈ ਉਹਦੇ ਵਾਸਤੇ ਤੁਸੀਂ ਫੈਕਚੁਅਲ ਚੀਜ਼ਾਂ ਨੂੰ ਜਿਆਦਾ ਧਿਆਨ ਦੇ ਵਿੱਚ ਰੱਖੋ ਠੀਕ ਹੈ ਤੇ ਉਸ ਤੋਂ ਬਾਅਦ ਜੀ ਪੀਪੀਐਸਸੀ ਚਲੋ ਪੀਪੀਐਸਸੀ ਦੀ ਗੱਲ ਹੀ ਨਹੀਂ ਆਪਾਂ ਕਰਦੇ ਕਿਉਂਕਿ ਉਹਨਾਂ ਤੋਂ ਗਰੁੱਪ B ਲੈ ਲਿਆ ਗਿਆ ਚਲੋ ਹੁਣ ਆਪਾਂ ਸਾਰੇ ਪੇਪਰ ਛੱਡ ਦਨੇ ਆ ਹੁਣ ਸਾਡੇ ਮੇਰੇ ਦਿਮਾਗ ਦੇ ਵਿੱਚ ਕੀ ਠਣਕ ਰਿਹਾ ਕਿਉਂਕਿ ਕੱਲ ਦਾ ਸਿਲੇਬਸ ਆਇਆ ਹੈ ਬੱਚੇ ਕਹਿੰਦੇ ਜੀ ਸੀਸੀਡੀਓ ਵਰਗਾ ਸਿਲੇਬਸ ਹੈ ਜਿਵੇਂ ਪਹਿਲਾਂ ਪਿਛਲੀ ਵਾਰੀ ਐਕਸਾਈਜ਼ ਇੰਸਪੈਕਟਰ ਹੋਇਆ ਸੀਗਾ 157 ਪੋਸਟਾਂ ਵਾਲਾ ਇਸ ਵਾਰ ਵਾਲਾ ਨਹੀਂ 107 ਵਾਲਾ ਨਹੀਂ ਉਸ ਤੋਂ ਪਿਛਲਾ ਤਾਂ ਉਹ ਵੀ ਇਹੀ ਸਿਲੇਬਸ ਸੀਗਾ ਸੇਮ ਇਹ ਵੀ ਇਹੀ ਸਿਲੇਬਸ ਹੈ ਉਹੀ ਲੈਵਲ ਹੋਊਗਾ ਬਿਲਕੁਲ ਹੋ ਸਕਦਾ ਜੀ ਠੀਕ ਹੈ ਤੇ ਕਈ ਕਹਿੰਦੇ ਜੀ ਜੇ ਨਾਇਲਟ ਜਾਂ ਨੀਟਰ ਨੂੰ ਮਿਲ ਗਿਆ ਉਹ ਵੀ ਹੋ ਸਕਦਾ ਠੀਕ ਹੈ ਵੀ ਪਟਵਾਰੀ ਵਾਂਗੂ ਸਾਹੋਂ ਦੇ ਵਿੱਚੋਂ ਜੇ ਅੱਜ ਗੱਲ ਕਰੀਏ 710 ਪੋਸਟਾਂ ਸੀਗੀਆਂ 92 93 ਵਾਲਾ ਬੰਦਾ ਜੋਬ ਲੱਗ ਰਿਹਾ ਜੇ ਪਟਵਾਰੀ ਵਰਗਾ ਪੇਪਰ ਆਉਂਦਾ ਇਹ ਤਾਂ ਪੋਸਟਾਂ ਹੀ 157 ਸੋਰੀ 170 ਨੇ ਠੀਕ ਹੈ ਤਾਂ ਇੱਥੇ ਕੀ ਬਣੂਗਾ ਇੱਥੇ ਤਾਂ ਕੱਟ 97 96 ਚੱਲ ਜੂਗੀ ਫਿਰ ਅੱਜ ਕੱਲ ਉਹ ਟਾਈਮ ਨਹੀਂ ਰਿਹਾ ਹੈਗਾ ਤਾਂ ਜਿਹੜਾ ਬੋਰਡ ਹੁੰਦਾ ਨਾ ਬੋਰਡ ਨੂੰ ਬਹੁਤ ਚੀਜ਼ਾਂ ਨੂੰ ਵਿਚਾਰਨਾ ਪੈਂਦਾ ਜਦੋਂ ਕੋਈ ਐਗਜ਼ਾਮ ਲੈਂਦਾ ਹੈ ਕਈ ਵਾਰੀ ਉਹ ਐਗਜ਼ਾਮ ਬਿਨਾਂ ਵਿਚਾਰੇ ਵੀ ਲੈ ਲੈਂਦਾ ਮੈਂ ਮੰਨਦਾ ਉਹ ਬੱਚਿਆਂ ਦੀਆਂ ਭਾਵਨਾਵਾਂ ਨਹੀਂ ਸਮਝਦਾ ਮੈਂ ਇਸੇ ਦੌਰ ਦੇ ਵਿੱਚੋਂ ਲੰਘਿਆ ਇੰਨੀ ਆਪਣੀ ਉਮਰ ਮੈਂ ਇਹੀ ਕੰਮ ਦੇ ਵਿੱਚ ਲੰਘਾਈ ਹੈ ਵੀ ਬੱਚੇ ਦੀ ਉਹ ਸਮਝਦੇ ਹੀ ਨਹੀਂ ਭਾਵਨਾ ਨੂੰ ਤਾਂ ਪਰ ਹੁਣ ਬੋਰਡ ਨੇ ਥੋੜੀ ਜੀ ਸਮਝਦਾਰੀ ਦਿਖਾਉਣੀ ਸ਼ੁਰੂ ਕਰੀ ਹੈ ਮੇਰੇ ਹਿਸਾਬ ਨਾਲ ਵੀ ਬੱਚੇ ਦੀਆਂ ਭਾਵਨਾਵਾਂ ਨੂੰ ਸਮਝਣ ਲੱਗ ਗਿਆ ਵੀ ਬੱਚੇ ਮਰਮਰ ਤਿਆਰੀ ਕਰਦੇ ਨੇ ਇਹਨਾਂ ਦੇ ਨਾਲ ਆਪਾਂ ਗਧੇ ਕੁੜੇ ਇੱਕ ਬਰਾਬਰ ਨਾ ਕਰੀਏ ਠੀਕ ਹੈ ਤੇ ਹੁਣ ਇਹ ਪੇਪਰ ਨੂੰ ਦੇਖ ਕੇ ਕੀ ਲੱਗਿਆ ਵੀ ਇਹ ਗਰੁੱਪ ਬੀ ਦਾ ਐਗਜ਼ਾਮ ਹੈ ਪੀ ਟ੍ਰਿਪਲ ਐਸ ਪੀ ਕੋਲੇ ਬਾਕਿਆ ਇਹਦਾ ਸਿਲੇਬਸ ਵੀ ਆ ਗਿਆ ਸਿਲੇਬਸ ਪੀ ਟ੍ਰਿਪਲ ਐਸ ਵੀ ਨੇ ਆਪਣਾ ਲਗਭਗ ਲਗਭਗ ਪੁਰਾਣਾ ਹੀ ਰੱਖਿਆ ਠੀਕ ਹੈ ਵੀ ਜੇ ਪਹਿਲਾਂ 100 ਦੇ ਵਿੱਚ ਸੀਗਾ ਹੁਣ ਉਹ 120 ਦੇ ਵਿੱਚ ਹੋ ਗਿਆ ਹੋਰ ਕੋਈ ਫਰਕ ਨਹੀਂ ਹੈਗਾ ਪਹਿਲਾਂ ਪੰਜਾਬੀ 13 ਦੀ ਸੀ ਹੁਣ 15 ਦੀ ਹੋ ਗਈ ਪਹਿਲਾਂ ਆਪਣੀ ਇੰਗਲਿਸ਼ 12 ਦੀ ਸੀ ਉਹ 15 ਦੀ ਹੋ ਗਈ ਠੀਕ ਹੈ ਕੰਪਿਊਟਰ ਨਾ ਆਉਂਦਾ ਸੀਗਾ ਉਹ 10 ਦਾ ਹੋ ਗਿਆ ਤਾਂ ਵੀ ਠੀਕ ਹੈ ਵੀ ਇਹ ਉਹੀ ਚੱਲ ਰਹੇ ਨੇ ਬਟ ਕੀ ਏਜੰਸੀ ਉਹੀ ਹੈ ਬਹੁਤ ਜ਼ਿਆਦਾ ਸੋਚਣ ਤੋਂ ਬਾਅਦ ਮੈਂ ਇਹ ਚੀਜ਼ ਦੇਖੀ ਵੀ ਨਹੀਂ ਕੀ ਨਾਈਲਟ ਲੀਟਰ ਤੋਂ ਪਵਾਉਣ ਵਾਲਾ ਪੇਪਰ ਨਹੀਂ ਹੈਗਾ ਠੀਕ ਹੈ ਪਵਾ ਵੀ ਸਕਦੇ ਨੇ ਇੱਕ ਆਪਾਂ ਚਾਂਸਸ ਰੱਖ ਲੈਣੇ ਆ ਪ੍ਰੋਬੈਬਿਲਟੀ ਹੈ ਵੀ 90% ਚਾਂਸਸ ਨੇ ਵੀ ਪੇਪਰ ਨਾਈਲਟ ਲੀਟਰ ਜੀਐਨਡੀਯੂ ਪਾਉਗੀ ਠੀਕ ਹੈ ਜੀ ਇਹ ਤਾਂ ਸਾਨੂੰ ਪਤਾ ਅਸੀਂ ਕਰ ਵੀ ਲਵਾਂਗੇ ਅਸੀਂ ਐਕਸਰਸਾਈਜ਼ ਦੇ ਵਿੱਚੋਂ 81 ਮਾਰਕਸ ਲਈ ਬੈਠੇ ਆ ਅਸੀਂ 80 ਲਈ ਬੈਠੇ ਆ ਅਸੀਂ 79 78 77 70 68 60 65 ਲਈ ਬੈਠੇ ਆ ਤਾਂ ਵੀ ਕੈਨ ਕ੍ਰੈਕ ਦਿਸ ਵੀ ਅਸੀਂ ਇਹਨੂੰ ਕਰ ਸਕਦੇ ਆ ਬਟ ਹੁਣ ਜਿਹੜਾ ਰੌਲਾ ਨੀਨ ਰੌਲਾ ਕੀ ਹੈ ਵੀ 10% ਚਾਂਸਸ ਕਾਦੇ ਨੇ 10% ਚਾਂਸਸ ਨੇ ਉਹ ਦੋ ਪੇਪਰਾਂ ਦੇ ਠੀਕ ਹੈ ਵੀ ਜਿਹੜੇ ਪੇਪਰ ਪੀ ਟ੍ਰਪਲਸ ਵੀ ਨੇ ਲਏ ਇੱਕ ਇਹ ਜੀ ਏਜੰਸੀ ਨੂੰ ਦਿੱਤੇ ਜਿਨ੍ਹਾਂ ਦਾ ਕੋਈ ਨਾਮ ਪਤਾ ਨਹੀਂ ਹੈਗਾ ਠੀਕ ਹੈ ਬਟ ਉਹ ਪੇਪਰ ਹੋਏ ਕਿੱਥੇ ਜੀ ਐਨ ਡੀ ਯੂ ਦੇ ਵਿੱਚ ਗੁਰੂ ਨਾਨਕ ਦੇਵ ਜਿ ਯੂਨੀਵਰਸਿਟੀ ਦੇ ਵਿੱਚ ਠੀਕ ਹੈ ਤੇ ਉੱਥੇ ਪੇਪਰ ਹੋਏ ਬਟ ਹੁਣ ਬੱਚਿਆਂ ਨੂੰ ਤਾਂ ਇਹੀ ਲੱਗਦਾ ਹੈ ਵੀ ਇਹ ਪੇਪਰ ਜੀਐਨਡੀਯੂ ਨੇ ਲਏ ਨੇ ਤੇ ਜੀਐਨਡੀਯੂ ਹੀ ਸਾਰਾ ਕੁਝ ਇਹਦੇ ਵਿੱਚ ਕਰ ਰਹੀ ਹੈ ਬਟ ਨਹੀਂ ਐਦਾਂ ਨਹੀਂ ਹੈਗਾ ਜੀਐਨਡੀਯੂ ਨੇ ਉਹ ਪੇਪਰ ਲਏ ਜ਼ਰੂਰ ਕੰਡਕਟ ਜ਼ਰੂਰ ਕਰਾਏ ਪਰ ਉਹਨਾਂ ਨੇ ਉਹ ਪੇਪਰ ਥਾਪੇ ਨਹੀਂ ਹੈਗੇ ਮਤਲਬ ਉਹਨਾਂ ਨੇ ਆਪਣੇ ਬੰਦੇ ਤੋਂ ਆਪਣੀ ਟੀਮ ਤੋਂ ਇਹ ਪੇਪਰ ਨਹੀਂ ਪਵਾਏ ਕਿਉਂ ਕਿ ਜੀਐਨਡੀਯੂ ਦਾ ਇੱਕ ਪੈਟਰਨ ਹੈ ਉਹ ਬਾਕਸਿਸ ਦੇ ਵਿੱਚ ਕੁਐਸਚਨ ਪਾਉਂਦੀ ਹੈ ਹੁਣ ਦੋ ਪੇਪਰ ਮੈਂ ਤੁਹਾਨੂੰ ਦੱਸਦਾ ਕਿਹੜੇ-ਕਿਹੜੇ ਨੇ ਸਭ ਤੋਂ ਪਹਿਲਾਂ ਟੈਕਨੀਕਲ ਅਸਿਸਟੈਂਟ ਦਾ ਪੇਪਰ 2021 ਦਾ ਅਗਸਤ 2021 ਦੇ ਵਿੱਚ ਪੇਪਰ ਹੋਇਆ ਟੈਕਨੀਕਲ ਅਸਿਸਟੈਂਟ ਦਾ ਤੇ ਜਿਨੇ ਬੱਚਿਆਂ ਦੇ ਨਾਂ ਸਿਤੂਆਂ ਲਿਆ ਤਾਂ 10 ਕੁਸ਼ਨ ਆਏ ਜੀਐਸ ਦੇ ਠੀਕ ਹੈ ਸਿਰਫ 10 ਕੁਸ਼ਨ ਤੇ ਬੱਚਿਆਂ ਦਾ ਜਿਹੜਾ ਦਿਮਾਗ ਹੈ ਉਹ ਲਾ ਕੇ ਰੱਖਤਾ ਵੀ ਉਹ ਪੀਪੀਐਸਸੀ ਵਾਲੀ ਜੀਕੇ ਨੂੰ ਕਿਵੇਂ ਵਨ ਲਾਈਨਰ ਕਰਕੇ ਉਹਨਾਂ ਨੇ ਦਿਖਾਤਾ ਉਸ ਤੋਂ ਬਾਅਦ ਇੱਕ ਪੇਪਰ ਹੋਇਆ ਜਿਹੜਾ ਪੀਟੈਟ ਕੈਨਸਲ ਹੋ ਗਿਆ ਸੀਗਾ ਜੀਐਨਡੀਯੂ ਨੇ ਲਿਆ ਫਿਰ ਜੀਐਨਡੀਯੂ ਨੇ ਉਹ ਪੇਪਰ ਪੀਐਸ ਪੇਪਰ 2 ਪੀਐਸਟੈਟ 2 ਦੁਬਾਰੂ ਲਿਆ ਲਿਆ ਜੀਐਨਡੀਯੂ ਨੇ ਬਟ ਮੈਸੇਜ ਉਮੀਦੇ ਆਏ ਜਿਹੜੇ ਹੁਣ ਆ ਰਹੇ ਨੇ ਬੱਚਿਆਂ ਨੂੰ ਠੀਕ ਹੈ ਤਾਂ ਉਹ ਮੈਸੇਜਾਂ ਤੋਂ ਥੋੜਾ ਥੋੜਾ ਸੰਕੇਤ ਲੱਗ ਰਿਹਾ ਹੈ ਕਿ ਪੇਪਰ ਹੋਊਗਾ ਤਾਂ ਬਈ ਜੀਐਨਡੀਯੂ ਚ ਪਰ ਜੀਐਨਡੀਯੂ ਦੀ ਜਿਹੜੀ ਸੰਸਥਾ ਇਹਨੂੰ ਪਾਰੀ ਹੈ ਉਹਦੇ ਬਾਰੇ ਹਜੇ ਪਤਾ ਨਹੀਂ ਆਉਣ ਵਾਲੇ ਸਮੇਂ ਚ ਫਿਊਚਰ ਦੇ ਵਿੱਚ ਆਪਾਂ ਨੂੰ ਪਤਾ ਲੱਗ ਸਕਦਾ ਹੈ ਬਟ ਆਪਾਂ ਉਹਨੂੰ ਸੋਲਵ ਕਰ ਸਕਦੇ ਆਂ ਵੀ ਜਿਹੜੇ 10% ਚਾਂਸਸ ਨੇ ਆਪਾਂ ਉਹਨਾਂ ਨੂੰ ਖਤਮ ਨਾ ਕਰੀਏ ਤਾਂ ਮੈਂ ਤੁਹਾਨੂੰ ਇੱਕ ਕੁਐਸਚਨ ਦਿਖਾਉਣਾ ਦੇਖੋ ਮੇਰੇ ਕੁਐਸਚਨਾਂ ਦੇ ਵਿੱਚੋਂ ਸਿੱਖਿਆ ਲੈਣ ਦੀ ਕੋਸ਼ਿਸ਼ ਨਾ ਕਰਿਓ ਵੀ ਉਹ ਤਾਂ ਚਲੋ ਮੈਂ ਆਇਆ ਤੁਹਾਡੇ ਸਾਹਮਣੇ ਮੈਂ ਤਾਂ ਤੁਹਾਡੇ ਲਈ ਆਪਣੀ ਗੱਲ ਰੱਖਣੀ ਸੀਗੀ ਤੇ ਇੱਕ ਤੁਹਾਨੂੰ ਉਦਾਹਰਨ ਦੇਣੀ ਸੀ ਵੀ ਤਿਆਰ ਰਹੋ ਪੇਪਰ ਦੇ ਵਿੱਚ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਹਾਨੂੰ ਆਪਣਾ ਕਿਤੇ ਤੁਸੀਂ ਮਿਸਲੀਡ ਨਾ ਹੋ ਜੋਂ ਫੇਰ ਕੁਝ ਇਹੋ ਜਿਹੇ ਬੰਦਿਆਂ ਨੇ ਮਗਰ ਲੱਗ ਕੇ ਵੀ ਜਿਹੜੇ ਅੱਜ ਕੱਲ੍ਹ ਛਾਏ ਹੋਏ ਨੇ ਬਾਹਰ ਵੀ ਆ ਲੈ ਲਓ ਉਹ ਲੈ ਲਓ ਤੁਸੀਂ ਪੇਪਰ ਕੱਢ ਜੂਗੇ ਤੁਸੀਂ ਇਹ ਕਰ ਜੂਗੇ ਜਿਹੜੇ ਏਜੰਟਸ ਤੁਹਾਡੇ ਕੋਲੇ ਆ ਰਹੇ ਨੇ ਠੀਕ ਹੈ ਮੇਰੀ ਸਿੰਪਲੀ ਤੁਹਾਨੂੰ ਇੱਕ ਗੱਲ ਹੈ ਵੀ ਭਾਵੇਂ ਆ ਪੜ੍ਹ ਲਿਓ ਯਾਰ ਪਰ ਬੰਦਿਆਂ ਵਾਂਗੂ ਪੜਿਓ ਲੱਗਣ ਵਾਸਤੇ ਪੜਿਓ ਨਾ ਕਿ 180 ਰੈਂਕ ਤੇ ਆਉਣ ਵਾਸਤੇ 200 ਰੈਂਕ ਤੇ ਆਉਣ ਵਾਸਤੇ 250 ਰੈਂਕ ਤੇ ਨਾ ਜੇ ਆਉਣਾ 170 ਤੋਂ ਪਹਿਲਾਂ ਆ ਜਿਓ ਨਹੀਂ ਨਾ ਇਸ ਤਰੀਕੇ ਨਾਲ ਆਪਣਾ ਕੋਈ ਬਣ ਕੇ ਪੜ ਲਿਓ ਠੀਕ ਹੈ ਸਾਨੂੰ ਸਾਡੇ ਸਰ ਇਦਾਂ ਹੀ ਕਹਿੰਦੇ ਹੁੰਦੇ ਸੀ ਵੀ ਜੇ ਪੜਨ ਨਹੀਂ ਲੱਗਿਓ ਬੰਦਿਆਂ ਵਾਂਗੂ ਪੜੋ ਜਿਵੇਂ ਉਹ ਪਹਿਲਾਂ ਨਹੀਂ ਕਹਿੰਦੇ ਹੁੰਦੇ ਸੀਗੇ ਵੀ ਕਿੰਨੀਆਂ ਪੋਸਟਾਂ ਨੇ ਸਾਨੀ ਕੀ ਲੈਣਾ ਇੱਕ ਹੈ ਉਹ ਇਹੋ ਜੀ ਗੱਲ ਕੋਈ ਨਹੀਂ ਹੈਗੀ ਜੇ ਪੋਸਟਾਂ ਖਾਸੀਆਂ ਨੇ 150 ਪਲੱਸ ਪੋਸਟਰ ਵੈਰੀ ਗੁੱਡ ਪੋਸਟ ਉੱਤੋਂ ਟਾਈਪਿੰਗ ਹੈ ਠੀਕ ਹੈ ਇਹ ਉਦੋਂ ਵੀ ਵੱਡਾ ਪੁਆਇੰਟ ਹੈ ਮਤਲਬ 400 ਪੋਸਟਾਂ ਨੇ ਤੇ ਟਾਪਰਸ ਇਹਨੂੰ ਨਹੀਂ ਲੈ ਪਾਉਣਗੇ ਇਹ ਵੀ ਇੱਕ ਖਾਸੀਅਤ ਹੈ ਚਲੋ ਜੀ ਆਪਾਂ ਗੱਲ ਕਰਦੇ ਹਾਂ ਜਿਹੜਾ ਟੈਕਨੀਕਲ ਅਸਿਸਟੈਂਟ 2021 ਦਾ ਪੇਪਰ ਹੋਇਆ ਦੇਖੋ ਪਹਿਲਾਂ ਇਹਨਾਂ ਨੇ ਕੁਐਸਚਨ ਕੀ ਪਾਇਆ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਕੋਈ ਤੁਹਾਨੂੰ ਪੇਪਰ ਸੋਲਵ ਕਰਾਉਣ ਨਹੀਂ ਆਇਆ ਹੈਗਾ ਮੈਂ ਸਿਰਫ ਤੁਹਾਨੂੰ ਕੁਐਸਚਨਾਂ ਦੀ ਇੱਕ ਉਹ ਦਿਖਾਉਣਾ ਹੈ ਕੁਆਲਿਟੀ ਦਿਖਾਉਣੀ ਹੈ ਵੀ ਪੀ ਵੀ ਇੱਕ ਉਦੋਂ ਵੀ ਹੁੰਦੀ ਸੀ 2021 ਦੇ ਪੇਪਰ ਵੇਲੇ ਵੀ ਕਿਤੇ ਉਹੀ ਪੀ ਵੀ ਵਾਪਸ ਨਾ ਆ ਜਾਏ ਧਿਆਨ ਰੱਖਿਓ ਪਟਵਾਰੀ ਵਰਗਾ ਪੇਪਰ ਆ ਗਿਆ ਐਕਸਾਈਜ਼ ਵਰਗਾ ਆ ਗਿਆ ਸੀਸੀਡੀਓ ਵਰਗਾ ਆ ਗਿਆ ਤੁਸੀਂ ਕਰ ਲੋਗੇ ਫਟਾ ਸੀਸੀਡੀਓ ਦੀ ਪੰਜਾਬ ਜੀਕੇ ਦੇਖ ਲਿਓ ਤੁਸੀਂ ਨਹੀਂ ਕਰ ਸਕਦੇ ਮੈਂ ਤੁਹਾਨੂੰ ਦੱਸਿਆ ਨਾ ਵੱਡੇ ਸਬਜੈਕਟ ਕੱਟ ਨੰਬਰਾਂ ਦਾ ਆਵੇ ਕੋਈ ਦੁੱਖ ਨਹੀਂ ਉੱਪਰ ਉੱਪਰੋ ਚੀਜ਼ਾਂ ਆ ਜਾਣਗੀਆਂ ਛੋਟਾ ਸਬਜੈਕਟ ਵੱਧ ਨੰਬਰਾਂ ਦਾ ਠੀਕ ਹੈ ਆਪਣੀ ਹਿਸਟਰੀ ਬਹੁਤ ਗ੍ਰੇਟ ਹੈ ਬਟ ਵੀ ਹੈਵ ਨੋ ਸੋਰਸਿਸ ਕਿਸੇ ਇੰਸਟੀਟਿਊਟ ਲਵੇ ਕਿਸੇ ਮਾਰਕੀਟ ਚ ਇੰਨੇ ਸੋਰਸ ਨਹੀਂ ਤੇ ਤੁਹਾਡੇ ਲਵੇ ਇੰਨਾ ਟਾਈਮ ਨਹੀਂ ਵੀ ਤੁਸੀਂ 2 ਮਹੀਨਿਆਂ ਦੇ ਅੰਦਰ ਅੰਦਰ ਸਾਰੇ ਸੋਰਸਿਸ ਪੜ੍ਹ ਕੇ ਲਿਟਰੇਰੀ ਸੋਰਸਿਸ ਤੇ ਤੁਸੀਂ ਇਹ ਐਗਜ਼ਾਮ ਦੇ 20 ਦੇ ਵਿੱਚੋਂ 19 18 17 ਨੰਬਰ ਕੈਪਚਰ ਕਰ ਸਕੋ ਬਟ ਆ ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹੁੰਦਾ ਤਾਂ ਦੇਖੋ ਜੀ ਦ ਨਿਊ ਜਨਰੇਸ਼ਨ ਆਕਾਸ਼ ਮਿਸਾਈਲ ਆਕਾਸ਼ ਐਨ ਜੀ ਰੀਸੈਂਟਲੀ ਸੀਨ ਇਨ ਨਿਊਜ਼ ਕੀ ਹੈ ਕਹਿੰਦੇ ਇਹ ਦੇਖੋ ਪੀਪੀਐਸਸੀ ਕੀ ਕੁਐਸਚਨ ਪਾਉਂਦੀ ਜੇ ਪੀਪੀਐਸਸੀ ਕੀ ਕੁਐਸਚਨ ਪਾਉਂਦੀ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਅ ਕਰੈਕਟ ਰਿਗਾਰਡਿੰਗ ਆਕਾਸ਼ ਐਨ ਜੀ ਮਿਸਾਈਲ ਠੀਕ ਹੈ ਉਹ ਥੱਲੇ ਲਿਖਦੀ ਇਟ ਇਜ਼ 에ਅਰ ਟੂ 에ਅਰ ਮਿਸਾਈਲ ਇਟ ਇਜ਼ ਡਿਵੈਲਪਡ ਬਾਈ ਡੀਆਰਡੀਓ ਠੀਕ ਹੈ ਇਟਸ ਆਪਣੀ ਕਹਿੰਦੇ ਨੇ ਰੇਂਜ ਇਹ ਜੋ 350 ਤੋਂ 400 ਕਿਲੋਮੀਟਰ ਇਹ ਪੀਪੀਐਸਸੀ ਦੇ ਤਿੰਨ ਆਪਸ਼ਨ ਆ ਜਾਂਦੀਆਂ ਥੱਲੇ ਪਾਦਾਂ ਦੇ 1 ਐਂਡ 3 ਕਰੈਕਟ ਹੈ 2 ਐਂਡ 3 ਕਰੈਕਟ ਹੈ ਓਨਲੀ 3 ਕਰੈਕਟ ਹੈ 1 ਐਂਡ 2 ਕਰੈਕਟ ਹੈ ਜਾਂ ਆਲ ਕਰੈਕਟ ਨੇ ਇਹ ਪੀਪੀਐਸਸੀ ਦਾ ਕੁਐਸਚਨ ਸੀ ਬਟ ਇਹਨਾਂ ਨੇ ਪੀਪੀਐਸਸੀ ਦੇ ਕੁਐਸਚਨ ਨੂੰ ਤੋੜਿਆ ਸਿਰਫ ਉਹਦੀ ਪਹਿਲੀ ਲਾਈਨ ਚੱਕ ਲਈ ਆਕਾਸ਼ ਐਂਡ ਜੀ ਮਿਸਾਈਲ ਕਹਿੰਦੇ ਕੀ ਹੈ ਤੇ ਸਰਫੇਸ ਟੂ 에ਅਰ ਮਿਸਾਈਲ ਹੈ ਸਿੰਪਲ ਇਹਦਾ ਆਨਸਰ ਤਾਂ ਇਹ ਆ ਗਿਆ ਅਨਸਰ ਤਾਂ ਮੈਟਰ ਹੀ ਨਹੀਂ ਕਰਦਾ ਯਾਰ 2021 ਦਾ ਪੇਪਰ ਹੈ ਜਦ 2 ਸਾਲ ਹੋ ਗਏ ਆਪਾਂ ਨੇ ਇਹਨੂੰ ਕੁਝ ਨਹੀਂ ਲੈਣਾ ਮੈਟਰ ਨਹੀਂ ਕਰਦਾ ਅਨਸਰ ਕੀ ਹੈ ਮੈਟਰ ਇਹ ਕਰਦਾ ਕਿ ਕੁਐਸਚਨ ਕਿੱਥੋਂ ਚੱਕਿਆ ਤੇ ਇਹ ਕੁਐਸਚਨ ਆਉਂਦਾ ਕਿਹਨੂੰ ਹੋਊਗਾ ਇਹ ਵੀ ਗੱਲ ਹੈ ਨਾ ਇਹ ਕੁਐਸਚਨ ਆਉਂਦਾ ਕਿਹਨੂੰ ਹੋਊਗਾ ਜਿਹਨੇ ਆ ਡੱਬਾ ਪੜਿਆ ਹੋਇਆ ਇਹ ਡੱਬਾ ਤੁਹਾਨੂੰ ਕਿੱਥੋਂ ਮਿਲੂਗਾ ਉਹੀ ਪੀਪੀਐਸਸੀ ਵਾਲੇ ਸੋਰਸਸ ਉਹੀ ਦਿੱਲੀ ਵਾਲੀਆਂ ਮੈਗਜ਼ੀਨਸ ਉਹੀ ਵੱਡੇ ਕਰੰਟ ਅਫੇਅਰ ਜਿਹੜੇ YouTube ਤੇ ਅੱਜਕੱਲ੍ਹ ਰੈਗੂਲਰ ਚੱਲ ਰਹੇ ਨੇ ਮਾਸਟਰ ਕਲਾਸਿਸ ਪਟਿਆਲਾ ਦੁਆਰਾ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਸਿੰਪਲੀ ਵੀ ਆ ਜਿਹਨੇ ਡੱਬਾ ਪੜ੍ਹਿਆ ਉਹਨੂੰ ਇਹ ਵੀ ਪਤਾ ਹੈ ਵੀ ਇਹ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਲੈਬੋਰਟਰੀ ਜਿਹੜੀ ਕਿ ਹైదరాబాద్ ਦੇ ਵਿੱਚ ਹੈ ਜਿਹੜੀ ਕਿ ਡੀਆਰਡੀਓ ਦੀ ਇੱਕ ਬਾਹ ਹੈ ਉਹਨੇ ਇਹਨੂੰ ਬਣਾਇਆ ਹੈ ਸਰਫੇਸ ਟੂ 에ਅਰ ਮਿਸਾਈਲ ਹੈ ਮਤਲਬ ਥੱਲਿਓਂ ਝਾੜਦੇ ਆ ਉੱਪਰ ਨੂੰ ਵੀ ਉੱਤੇ ਕੋਈ ਅਟੈਕ ਹੈ ਵੀ ਜਿਹਦੇ ਤੇ ਆਪਾਂ ਅਟੈਕ ਕਰਨਾ ਹੈ ਥੱਲਿਓਂ ਸਰਫੇਸ ਤੋਂ ਸਰਫੇਸ ਮਤਲਬ ਤਲੇ ਤੋਂ ਉੱਪਰ ਤੱਕ ਲੈ ਕੇ ਜਾਂਦੀ ਹੈ ਇਹ ਇੱਕ ਮਿਸਾਈਲ ਹੈ 60 ਕਿਲੋਮੀਟਰ ਇਹਦਾ ਕੀ ਹੈ ਟਾਰਗੇਟ ਸਟ੍ਰਾਈਕ ਟਾਰਗੇਟ ਠੀਕ ਹੈ ਤੇ ਮੈਕ 2.5 ਦੀ ਸਪੀਡ ਹੈ ਹੁਣ ਦੇਖੋ ਜੇ ਤੁਹਾਨੂੰ ਇਹ ਪੰਜ ਲੈਣਾ ਦਾ ਪਤਾ ਹੈ ਤੁਸੀਂ ਪ੍ਰਪੇਅਰ ਕਰ ਰਹੇ ਹੋ ਪੀਪੀਐਸਸੀ ਟਾਈਪ ਤੇ ਯੂਪੀਐਸਸੀ ਟਾਈਪ ਕਰੰਟ ਅਫੇਅਰਸ ਦੀ ਪ੍ਰੀ ਵਾਸਤੇ ਪ੍ਰੀਲਿਮ ਵਾਸਤੇ ਪੀਸੀਐਸ ਪ੍ਰੀਲਿਮ ਵਾਸਤੇ ਤੁਸੀਂ ਕਰੰਟ ਅਫੇਅਰ ਜੇ ਤੁਸੀਂ ਤਿਆਰ ਕਰ ਰਹੇ ਹੋ ਤਾਂ ਤੁਸੀਂ ਇਹ ਸੱਤ ਲੈਣਾ ਨੂੰ ਪੱਕਾ ਪੜ੍ਹ ਰਹੇ ਹੋ ਜੇ ਤੁਸੀਂ ਵੱਧ ਵੀ ਪੜ੍ਹ ਰਹੇ ਹੋ ਬਟ ਇਹ ਪੱਕਾ ਪੜ੍ਹ ਰਹੇ ਹੋ ਪਟ ਜੇ ਤੁਸੀਂ ਪੀ ਟ੍ਰਿਪਲ ਐਸ ਬੀ ਦੇ ਵਿੱਚ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਦਾ ਪੇਪਰ ਕੱਢਣਾ ਹੈ ਤੁਸੀਂ ਨੌਕਰੀ ਤੇ ਲੱਗਣਾ ਹੈ ਠੀਕ ਹੈ ਤੁਸੀਂ ਗੱਡੀ ਪਿੱਛੇ ਪੰਜਾਬ ਸਰਕਾਰ ਲਿਖੋਣਾ ਹੈ ਹਾਂ ਇਹ ਤੁਹਾਨੂੰ ਪੰਜੇ ਸੱਤੇ ਲੈਣਾ ਆਉਣੀਆਂ ਚਾਹੀਦੀਆਂ ਨੇ ਮੇਨ ਗੱਲ ਇਹ ਹੈ ਤਾਂ ਹੁਣ ਦੇਖੋ ਸਭ ਤੋਂ ਪਹਿਲਾਂ ਮੈਕ 2.5 ਦੀ ਸਪੀਡ ਹੈ ਦੀ ਹੁਣ ਇਹ ਕੀ ਹੈ ਹੁਣ ਸਿੰਪਲੀ ਕੁਐਸਚਨ ਆ ਜੇ ਤੁਹਾਨੂੰ ਪੇਪਰ ਦੇ ਵਿੱਚ ਮੈਕ ਇਜ਼ ਰਿਲੇਟਡ ਟੂ ਮੈਕ ਕੀ ਹੈ ਓਏ ਏਅਰ ਸਾਊਂਡ ਕੀ ਹੈ ਸਾਊਂਡ ਹੈ ਮਤਲਬ ਸਾਊਂਡ ਦੀ ਸਪੀਡ ਕਿੰਨੀ ਹੁੰਦੀ ਹੈ 1 ਮੈਕ ਦੇ ਇਕੁਅਲ 1 ਮੈਕ ਦੇ ਇਕੁਅਲ ਹੁੰਦੀ ਹੈ ਸਾਊਂਡ ਦੀ ਸਪੀਡ ਮਤਲਬ ਇਹ ਸਾਊਂਡ ਦੀ ਸਪੀਡ ਤੋਂ 2.5 ਗੁਣਾ ਜ਼ਿਆਦਾ ਤੇਜ਼ ਹੈ ਮਤਲਬ ਜੇ ਮੈਂ ਥੋੜੇ ਲਵੇ ਆਪਣਾ ਕੀ ਕਹਿੰਦੇ ਨੇ 2.5 ਸਕਿੰਟਾਂ ਦੇ ਵਿੱਚ ਮੈਂ ਕੁਝ ਬੋਲਦਾ ਥੋੜੇ ਤੱਕ ਮੇਰੀ ਆਵਾਜ਼ 2.5 ਸਕਿੰਟਾਂ ਦੇ ਵਿੱਚ ਪਹੁੰਚ ਰਹੀ ਹੈ ਠੀਕ ਹੈ ਤਾਂ ਇਹ ਹੀ ਹੈ ਜਿਹੜੀ ਇਹ 2.5 ਗੁਣਾ ਪਹਿਲਾਂ ਪਹੁੰਚ ਜੂਗੀ ਮਤਲਬ ਮੈਂ ਤੁਹਾਨੂੰ ਦੱਸਦਾ ਮੈਂ ਬੋਲਿਆ ਕਿਸੇ ਦਾ ਨਾਮ ਮੈਂ ਬੋਲਿਆ ਰਾਮ ਠੀਕ ਹੈ ਤੁਹਾਡੇ ਲਈ 10 ਸੈਕਿੰਡ ਦੇ ਵਿੱਚ ਹੀ ਪਹੁੰਚ ਗਿਆ ਬਟੇ ਤੁਹਾਡੇ ਤੋਂ 2.5 ਗੁਣਾ ਤੇਜ਼ ਮਤਲਬ ਇਹ ਸਿਰਫ 2.5 ਸੈਕਿੰਡ ਦੇ ਵਿੱਚ ਤੁਹਾਡੇ ਲਵੇ ਪਹੁੰਚ ਜੂਗੀ ਆਪਾਂ ਇਹ ਵੀ ਕਹਿ ਸਕਦੇ ਹਾਂ ਮਤਲਬ ਜਿੱਥੇ ਸਾਊਂਡ 1 ਸੈਕਿੰਡ ਚ ਪਹੁੰਚਿਆ ਇਹ ਉੱਥੇ ਓਦੋਂ 2.5 ਗੁਣਾ ਪਹਿਲਾਂ ਪਹੁੰਚ ਜੂਗੀ 0.20 ਸੈਕਿੰਡ ਦੇ ਵਿੱਚ ਪਹੁੰਚ ਜੂਗੀ ਠੀਕ ਹੈ ਜੀ ਦਾ ਸਰਫੇਸ ਟੂ ਈਅਰ ਮਸਾਇਲਾ ਮੀਡੀਅਮ ਰੇਂਜ ਹੈ ਹੁਣ ਇਹ ਵੀ ਪਤਾ ਹੋਣਾ ਚਾਹੀਦਾ ਲੌਂਗ ਰੇਂਜ ਸ਼ੋਰਟ ਰੇਂਜ ਜਾਂ ਮੀਡੀਅਮ ਰੇਂਜ 60 ਕਿਲੋਮੀਟਰ ਹੈ ਮੀਡੀਅਮ ਰੇਂਜ ਹੈ ਠੀਕ ਹੈ ਡੈਟ ਕੈਨ ਇੰਗੇਜ ਮਲਟੀਪਲ ਟਾਰਗੇਟ ਜਿੰਨੇ ਮਰਜ਼ੀ ਟਾਰਗੇਟ ਹੋਣ ਸਭ ਨੂੰ ਦੇਖ ਲੂਗੇ ਆਕਾਸ਼ 'ਚ ਛੱਡ ਰਾਂ ਇੱਕ ਜਣੇ ਨੂੰ ਨਹੀਂ ਮਾਰਾਂਗੇ ਜਿੰਨੇ ਵੀ ਖੜੇ ਨੇ ਉਹਨਾਂ ਨੂੰ ਮਾਰ ਦਵਾਂਗੇ ਠੀਕ ਹੈ ਜੀ ਇਹ ਇੰਡੀਆ ਦਾ ਇੱਕ ਪ੍ਰੋਗਰਾਮ ਹੈ 30 ਸਾਲ ਪਹਿਲਾਂ ਇੰਟੀਗ੍ਰੇਟਿਡ ਗਾਈਡਡ ਮਿਸਾਈਲ ਡਿਵੈਲਪਮੈਂਟ ਪ੍ਰੋਗਰਾਮ ਉਹਦੇ ਤਹਿਤ ਇਹ ਪਣਾਈ ਹੈ ਹੁਣ ਸਿੰਪਲੀ ਕੁਐਸਚਨ ਆਜੇ ਵਿਚ ਆਫ ਦੀ ਫੋਲੋਇੰਗ ਮਿਸਾਈਲ ਇਜ਼ ਰਿਲੇਟਡ ਟੂ ਡੈਟ ਪ੍ਰੋਗਰਾਮ ਠੀਕ ਹੈ ਤਾਂ ਆਕਾਸ਼ ਮਸਾਈਲ ਹੁਣ ਕੁਐਸਚਨ ਅੱਜ ਦੇ ਵਿੱਚ ਪੀ ਟ੍ਰਿਪ ਪਲਸ ਵੀ ਕੀ ਪੁੱਛ ਰਹੀ ਹੈ ਮੈਟਰ ਨਹੀਂ ਕਰਦਾ ਬਟ ਗੱਲ ਇਹ ਕਰਦਾ ਵੀ 2 ਸਾਲ ਪਹਿਲਾਂ ਉਹਨੇ ਪੁੱਛਿਆ ਇੱਕੋ ਪੇਪਰ ਦੇ 10 ਸਵਾਲ ਨੇ ਦੇਖ ਸਕਦੇ ਹੋ ਜਾ ਕੇ ਪੇਪਰ ਖੋਲੋ ਇਹ ਤਾਂ ਨਹੀਂ ਮੈਂ ਬਣਾਇਆ ਪੇਪਰ ਤਾਂ ਏਜੰਸੀ ਨੇ ਬਣਾਇਆ ਮਤਲਬ ਇਹ ਏਜੰਸੀ ਨੇ ਬਹੁਤ ਸੋਹਣੇ ਪੇਪਰ ਆਲਰੇਡੀ ਲਏ ਹੋਏ ਨੇ ਕਿਤੇ ਤੁਸੀਂ ਪਟਵਾਰੀ ਐਕਸਾਈਜ਼ ਸੀਸੀਡੀਓ ਦਾ ਪੇਪਰ ਪੜ੍ਹ ਕੇ ਉਹਦੀ ਜੀਕੇ ਤੋਂ ਗੈਸ ਕਰਕੇ ਤਰुण ਗੋਇਲ ਦੀ ਕਿਤਾਬ ਪੜ੍ਹ ਕੇ ਰਿਅੰਥ ਦੀ ਕਿਤਾਬ ਪੜ੍ਹ ਕੇ ਜਾਂ ਕਿਸ ਇੰਸਟੀਚਿਊਟ ਦੇ ਨੋਟਸ ਪੜ੍ਹ ਕੇ ਇਹ ਨਾ ਕਹਿ ਦਿਓ ਵੀ ਮੈਂ ਟੌਪ 200 ਚ 400 ਚ ਆ ਜੂਗਾ ਇੱਥੇ ਥੋੜਾ ਜਿਹਾ ਆਪਣਾ ਲੈਜਾ ਵਰਤਿਓ ਵੀ ਜੇ ਤਾਂ ਉਹੀ ਚੀਜ਼ ਆ ਗਈ ਫਿਰ ਤਾਂ ਆਉਂਗੇ ਹੀ ਆਉਂਗੇ ਬਟ 10% ਚਾਂਸਿਸ ਨੇ 20% ਚਾਂਸਿਸ ਨੇ ਵੀ ਪੇਪਰ ਦੇ ਵਿੱਚ ਕੁਝ ਨਵਾਂ ਵੀ ਆ ਸਕਦਾ ਹੈ ਕਿਉਂ ਪੀਟ੍ਰੀਪਲੱਸਬੀ ਦਾ ਗਰੁੱਪ ਬੀ ਦਾ ਪਹਿਲਾ ਪੇਪਰ ਹੈ ਚੇਅਰਮੈਨ ਨੇ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਆਈਏਐਸ ਸੈਕਟਰੀ ਆਫ ਵਾਟਰ ਸੋਰਸ ਐਂਡ ਇਰੀਗੇਸ਼ਨ ਜਿਨ੍ਹਾਂ ਨੂੰ ਚਾਰਜ ਮਿਲਿਆ ਹੋਇਆ ਕੀ ਉਹ ਪੇਪਰ ਈਜ਼ੀ ਪਾਉਣ ਦੇਣਗੇ ਗਰੁੱਪ ਬੀ ਦੇ ਬੰਦੇ ਲੈ ਕੇ ਜਾਣੇ ਨੇ ਜਿਹੜੇ ਉੱਥੇ ਪਹਿਲਾਂ ਕਲਰਕ ਬੈਠੇ ਨੇ ਉਹਨਾਂ ਦੇ ਉੱਤੇ ਲਾਉਣਾ ਥੋਨੂੰ 3000 8 ਜਦੋਂ ਕਲਰਕਾਂ ਦੀ ਭਰਤੀ ਆਈ ਹੈ ਉਹਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨਾਂ ਦੇ ਵਿੱਚ ਸਭ ਤੋਂ ਵੱਡੀ ਭਰਤੀ ਸੀ ਉੱਚ ਕਿੰਨੇ ਕਲਰਕ ਲੱਗੇ ਸੀ 200 ਪਲੱਸ ਉਹਨਾਂ ਦੇ ਉੱਪਰ ਲੱਗਣਾ ਹੈ ਤੁਸੀਂ ਤਾਂ ਤੁਹਾਨੂੰ ਉਹਨਾਂ ਨਾਲੋਂ ਕੁਝ ਵੱਖਰਾ ਪਤਾ ਹੋਣਾ ਚਾਹੀਦਾ ਨਾ ਚਲੋ ਅਗਲਾ ਦ ਕਮਨ ਅਮਨ ਸੇਤੂ ਇਜ਼ ਸਟਿਟਿਟਿਡ ਸਟਿਟਿਟਿਡ ਇਨ ਹੁਣ ਇਹ ਸੇਤੂ ਬ੍ਰਿਜਾ ਇੱਕ ਇਹ 2021 ਦਾ ਕਰੰਟ ਅਫੇਅਰ ਹੈ ਮੈਟਰ ਨਹੀਂ ਕਰਦਾ ਮੈਟਰ ਇਹ ਕਰਦਾ ਵੀ ਹੁਣ ਦੇਖੋ ਜਦੋਂ ਤੁਸੀਂ ਪੰਜਾਬ ਵਾਸਤੇ ਪੜ੍ਹ ਰਹੇ ਹੋ ਹੁਣ ਇਹ ਕੁਐਸਚਨ ਕੀ ਹੈ ਵੀ ਇਹ ਕਿੱਥੇ ਹੈ ਅਰੁਣਾਚਲ ਜੰਮੂ ਕਸ਼ਮੀਰ ਮਹਾਰਾਸ਼ਟਰ ਤੇਲੰਗਾਨਾ ਜਿੰਨੀਆਂ ਸਟੇਟਸ ਇਹਨਾਂ ਨੇ ਸਾਰੀਆਂ ਦੱਸੀਆਂ ਨੇ ਇਹ ਕੋਈ ਪੰਜਾਬ ਦੇ ਇੱਕ ਤਾਂ ਲਵੇ ਲੈਣੇ ਨਹੀਂ ਚਲੋ ਮੈਟਰ ਨਹੀਂ ਕਰਦਾ ਤੁਸੀਂ ਨੈਸ਼ਨਲ ਕਰੰਟ ਪੜ੍ਹਦੇ ਹੋ ਇਹਨਾਂ ਨੇ ਇਹਦਾ ਆਨਸਰ ਕੀ ਲਾਇਆ ਆਪਣਾ ਕੀ ਨਾਮ ਹੈ ਅ ਕਸ਼ਮੀਰ ਜੰਮੂ ਕਸ਼ਮੀਰ ਠੀਕ ਹੈ ਇਹਨਾਂ ਦਾ ਇਹ ਆਨਸਰ ਸੀਗਾ ਪਰ ਇਹ ਸਵਾਲ ਪੁੱਛਣ ਦਾ ਮੰਤਵ ਕੀ ਸੀਗਾ ਇੱਕ ਨੈਸ਼ਨਲ ਲੈਵਲ ਤੇ ਇੱਕ ਉਹ ਕਰਿਆ ਇਹਨਾਂ ਨੇ ਪ੍ਰੋਗਰਾਮ ਈਦ ਉਲ ਜ਼ੂਹਾ ਜਿਹੜਾ ਆਪਣੇ ਮੁਸਲਮ ਭਾਈਚਾਰੇ ਦਾ ਇੱਕ ਤਿਹਾਰ ਹੈ ਜੋ ਕਿ ਕਿਨੂੰ ਪ੍ਰਮੋਟ ਕਰਦਾ ਹੈ ਪੀਸ ਨੂੰ ਸ਼ਾਂਤੀ ਨੂੰ ਹਾਰਮਨੀ ਮਤਲਬ ਵੀ ਭਾਈਚਾਰੇ ਨੂੰ ਕਰਦਾ ਹੈ ਪ੍ਰਮੋਟ ਉਦੇ ਵਾਸਤੇ ਇਹ ਆਪਾਂ ਨੇ ਅਮਨ ਸੇਤੂ ਅਮਨ ਤੋਂ ਸਮਝ ਲੈਣਾ ਤੁਸੀਂ ਅਮਨ ਮਤਲਬ ਅਮਨ ਸ਼ਾਂਤੀ ਤਾਂ ਇਹ ਬਣਾਇਆ ਕਿੱਥੇ ਉਰੂਈ ਉਰੀ ਦੇ ਵਿੱਚ ਜਿਹੜਾ ਕਿ ਇੰਡੋ ਪਾਕ ਬਾਰਡਰ ਦੇ ਉੱਤੇ ਆ ਚਲੋ ਠੀਕ ਹੈ ਇਹ ਇੱਕ ਸਿੰਪਲ ਕੁਐਸਚਨ ਜਿਹੜਾ ਕਿ ਅੱਗੇ ਰੀਵਰ ਵੀ ਪੁੱਛ ਸਕਦੇ ਨੇ ਕਿਸ਼ਨ ਗੰਗਾ ਰੀਵਰ ਦੇ ਉੱਤੇ ਹੈ ਬਟ ਹੁਣ ਦੇਖੋ ਮੈਂ ਤੁਹਾਨੂੰ ਕੀ ਦੱਸਣਾ ਚਾ ਰਿਹਾ ਆ ਵੀ ਇਹ ਤੁਹਾਨੂੰ ਵਨ ਲਾਈਨਰ ਕਰੰਟ ਹੈ ਬਟ ਜਦੋਂ ਇਹਨੂੰ ਪੀਪੀਐਸਸੀ ਪਾਉਂਦੀ ਸੀ ਉਹ ਇਸ ਤਰ੍ਹਾਂ ਨਹੀਂ ਪਾਉਂਦੀ ਸੀਗੀ ਉਹ ਚਾਰ ਬੰਦੇ ਲੱਭਦੀ ਸੀ ਐਵੇਂ ਦੇ ਅਮਨ ਸੇਤੂ ਨਾਲ ਲਿਖਦੇ ਤੇਲੰਗਾਣਾ ਇੱਧਰ ਲਿਖਦੀ ਸੀ ਕੋਈ ਹੋਰ ਬ੍ਰਿਜ ਲਾ ਲਓ ਤੁਸੀਂ ਅਟਰ ਟਨਲ ਨਾਲ ਲਿਖ ਦਿੰਦੀ ਸੀ ਉੱਤਰਾਖੰਡ ਜਿਵੇਂ ਕੋਈ ਹੋਰ ਲਾ ਲਓ ਪਾਲਘਾਟ ਨਾਲ ਲਿਖ ਦਿੰਦੀ ਸੀ ਮਹਾਰਾਸ਼ਟਰ ਪਾਲਘਾਟ ਨਾਲ ਲਿਖ ਦਿੰਦੀ ਸੀ ਗੁਜਰਾਤ ਵਿਚ ਆਫ ਦੀ ਫੋਲੋਇੰਗ ਪੇਅਰ ਇਜ਼ ਰਾਈਟ ਵੀ ਇਹਨਾਂ ਦੇ ਵਿੱਚੋਂ ਕਿਹੜਾ ਪੇਅਰ ਠੀਕ ਹੈ ਠੀਕ ਹੈ ਬਟ ਇਹਨਾਂ ਨੇ ਉਹਦੇ ਚ ਇੱਕ ਚੀਜ਼ ਐਕਸਟ੍ਰੈਕਟ ਕਰੀ ਵੀ ਇਹਨੂੰ ਸਿੰਪਲੀ ਐਵੇਂ ਪੁੱਛੋ ਅੱਗੇ ਜੀ ਕੁਐਸਚਨ ਦੇਖੋ ਕਹਿੰਦੀ ਇਹਨਾਂ ਦੇ ਵਿੱਚੋਂ ਕਿਹੜੀ ਕਿਤਾਬ ਨਹੀਂ ਹੈਗੀ ਬੰਕਿਮ ਚੰਦਰ ਚਟੋਪਾਧਿਆ ਜੀ ਦੀ ਇਹ ਬਹੁਤ ਜ਼ਿਆਦਾ ਸੋਹਣਾ ਕੁਐਸਚਨ ਸੀਗਾ ਇਹਨਾਂ ਨੇ ਚਾਰ ਆਪਸ਼ਨਾਂ ਦਿੱਤੀਆਂ ਦੁਰਗੇਸ਼ ਨੰਦਨੀ ਚੰਦਰ ਸ਼ੇਖਰ ਆਨੰਦ ਮੱਠ ਇਹ ਤਿੰਨ ਆਪਸ਼ਨਾਂ ਇਹਨਾਂ ਦਿੱਤੇ ਦੇਖੋ ਆਨੰਦ ਮੱਠ ਸਾਰਿਆਂ ਨੂੰ ਪਤਾ ਹੈ ਵੀ ਇਹਦੇ ਚੋਂ ਆਪਾਂ ਨੇ ਬੰਦੇ ਮਾਤਰਮ ਲਿਆ ਤੇ ਬੰਦੇ ਮਾਤਰਮ ਅੱਜ ਇੱਕ ਗੀਤ ਜਿਹੜਾ ਕਿ ਆਪਣਾ ਨੈਸ਼ਨਲ ਸੌਂਗ ਹੈ ਉਹ ਬੰਕਿਮ ਚੰਦਰ ਚਟੋਪਾਧੇ ਜੀ ਦੁਆਰਾ ਲਿਖਿਆ ਗਿਆ ਇੱਕ ਬੰਗਾਲੀ ਸੀਗੇ ਜਿਨ੍ਹਾਂ ਨੇ ਨੈਸ਼ਨਲ ਫ੍ਰੀडम ਸਟਰਗਲ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਨਿਭਾਇਆ ਬੈਸਟ ਬੰਗਾਲ ਦੇ ਵਿੱਚੋਂ ਸੀਗੇ ਤੇ ਹੁਣ ਦੇਖੋ ਜੀ ਕੀ ਪੁਆਇੰਟ ਸੀਗੇ ਜਰਨਲਿਸਟ ਦੇ ਨਾ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਮੈਂ ਤੁਹਾਨੂੰ ਨੋਲਿਜ ਦੇਣ ਨਹੀਂ ਆਇਆ ਹੈਗਾ ਇਹ ਇਹਨਾਂ ਦੀਆਂ ਕਿਤਾਬਾਂ ਸੀਗੀਆਂ ਸਾਰੀਆਂ ਦੁਰਗੇਸ਼ ਨੰਦਨੀ ਕਪਲਾ ਕੁੰਡਲਾ ਦੇਵੀ ਚੌਧਰਾਣੀ ਆਨੰਦ ਮੱਠ ਤੇ ਵਿਸ਼ਵ ਰਿਸ਼ਖਾ ਚੇ ਚੰਦਰ ਸ਼ੇਖਰਾ ਬਟ ਜਿਹੜੀ ਗੀਤਾਂਜਲੀ ਹੈ ਇਹ ਇਹਨਾਂ ਦੀ ਕਿਤਾਬ ਨਹੀਂ ਸੀ ਆਪਸ਼ਨ ਈਜ਼ੀ ਸੀ ਕਵੈਸਚਨ ਵੀ ਈਜ਼ੀ ਸੀ ਬਟ ਜੇ ਤੁਹਾਨੂੰ ਪਤਾ ਹੈ ਵੀ ਕਿ ਤੰਜਲੀ ਕੀਦੀ ਹੈ ਹੁਣ ਇੱਥੇ ਆਪਸ਼ਨ ਆ ਜਾਣ ਰਜਿੰਦਰ ਨਾ ਰਜਿੰਦਰ ਪ੍ਰਸ਼ਾਦ ਰਵਿੰਦਰ ਨਾ ਟੈਗੋਰ ਜਵਾਲਾਲ ਨਹਿਰੂ ਇਹ ਵੀ ਆ ਸਕਦੀਆਂ ਨੇ ਆਪਸ਼ਨਾਂ ਕੁਝ ਵੀ ਹੋ ਸਕਦਾ ਹੈ ਪੇਪਰ ਦੇ ਵਿੱਚ ਤਾਂ ਤੁਸੀਂ ਪਿਛਲੇ ਪੇਪਰਾਂ ਤੋਂ ਕੀ ਚੀਜ਼ਾਂ ਸਿੱਖ ਰਹੇ ਹੋ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਹੁਣ ਦੇਖੋ ਅਗਲਾ ਕਵੈਸਚਨ ਇੰਨਾ ਸਿੰਪਲ ਕਵੈਸਚਨ ਦੁਨੀਆ ਦਾ ਸਭ ਤੋਂ ਕੋਸ਼ ਸੌਖਾ ਕੁਝ ਪੇਪਰ ਦੇ ਵਿੱਚ ਇਹ ਪਾਤਾ ਸਭ ਤੋਂ ਔਖੇ ਪੇਪਰ ਦੇ ਵਿੱਚ ਟੈਕਨੀਕਲ ਅਸਿਸਟੈਂਟ ਦੇ ਵਿੱਚ ਇਹ ਪੇਪਰ ਦੇ ਵਿੱਚ ਕੁਐਸਚਨ ਪਤਾ ਸਿਰਫ ਬੱਚਿਆਂ ਨੂੰ ਉਲਝਾਉਣ ਵਾਸਤੇ ਦੇਖੋ ਪੰਜਾਬ ਡੇ ਆਪਾਂ ਕਦੋਂ ਮਨਾਉਂਦੇ 1 ਨਵੰਬਰ ਨੂੰ ਕਿਉਂਕਿ ਆਪਾਂ ਨੂੰ ਪਤਾ ਹੈ 1 ਨਵੰਬਰ 1966 ਨੂੰ ਹਰਿਆਣਾ ਤੋਂ ਤੇ ਹਿਮਾਚਲ ਨੂੰ ਕੁਝ ਪਿੰਡ ਦੇ ਕੇ ਆਪਾਂ ਆਪਣਾ ਪੰਜਾਬੀ ਸੂਬਾ ਜਿਹੜਾ ਹੈ ਪੰਜਾਬੀ ਬੋਲਦੇ ਇਲਾਕੇ ਨੇ ਜਿਹੜੇ ਅੱਡ ਕਰ ਲਏ ਸੀਗੇ ਉਦੋਂ ਹੀ ਜਿਹੜੀ ਚੰਡੀਗੜ੍ਹ ਹੈ ਇਹ ਆਪਣੀ ਯੂਟੀ ਬਣਾਤੀ ਸੀ ਇਹਨਾਂ ਨੇ ਦੋਨਾਂ ਦੇ ਵਿੱਚ ਰੱਖ ਦਿੱਤੀ ਤੇ ਕੈਪੀਟਲ ਬਣਾਤੀ ਸੀ ਚਲੋ ਇਹ ਗੱਲਾਂ ਮੈਟਰ ਨਹੀਂ ਕਰਦੇ ਸਿੰਪਲੀ ਇਹ ਪੁੱਛ ਲਿਆ ਇਹਨੂੰ ਯੂਟੀ ਕਦੋਂ ਬਣਾਇਆ ਤਾਂ 1 ਨਵੰਬਰ 1966 ਨੂੰ ਬਣਾਇਆ ਹੁਣ ਉਰੇ ਕੁਐਸਚਨ ਕੀ ਹੈ ਵੀ ਇਹ ਆਪਣੀ ਯੂਟੀ ਵੀ ਹੈ ਇਹ ਆਪਣੀ ਕੈਪੀਟਲ ਵੀ ਹੈ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਇਹ ਪਤਾ ਵੀ ਪੰਜਾਬ ਦੀ ਕੈਪੀਟਲ ਕਿਸੇ ਟਾਈਮ ਤੇ ਜਲੰਧਰ ਸੀ ਤੁਹਾਨੂੰ ਪਤਾ ਵੀ ਉਦੋਂ ਪਹਿਲਾਂ ਉਹ ਜਾਂ ਉਸ ਤੋਂ ਕਦੋਂ ਬਾਅਦ ਜਾਂ ਪਹਿਲਾਂ ਹਿਮਲਾ ਵੀ ਸੀ ਠੀਕ ਹੈ ਲਾਹੌਰ ਵੀ ਸੀ ਚਲੋ ਇਹਦਾ ਸਿੰਪਲੀ ਗੱਲਾਂ ਨੇ ਠੀਕ ਹੈ ਬਟ ਇਹੀ ਤਾਂ ਕੁੰਡੀ ਜਾਂਨੇ ਨਾ ਜਦੋਂ ਆਪਾਂ 10 ਚੋਂ 9 ਕੁਐਸਚਨਾਂ ਦਾ ਟਾਰਗੇਟ ਹੀ ਨਹੀਂ ਕਰ ਰਿਆ ਮੈਂ ਉਹ ਤਾਂ ਤੁਹਾਨੂੰ ਸਾਰੇ ਕਰਾ ਦੇਣਗੇ YouTube ਦੇ ਉੱਤੇ ਠੀਕ ਹੈ 10 ਚੋਂ 9 ਕੁਐਸਚਨ ਤੁਸੀਂ ਕਹੋਗੇ ਵਾ 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 ਕਿੰਨਾ ਵਧੀਆ ਟੀਚਰ ਹੈ ਮੇਰੇ ਕਿੰਨੇ ਨੰਬਰ ਆ ਗਏ ਠੀਕ ਹੈ ਬਟ ਜਦੋਂ ਕੱਟਆਫ ਜਾਂਦੀ ਹੈ 75 ਤੋਂ 76 ਮੈਂ ਤਾਂ ਉਹਦੇ ਤੇ ਜਾ ਰਿਹਾ ਹਾਂ ਦਿਓ 1.25 ਨੰਬਰ ਵਾਧਦੇ ਜੇ ਤੁਹਾਡਾ ਇੱਕ ਕੁਐਸਚਨ ਠੀਕ ਹੋ ਜਾਂਦਾ ਤਾਂ 1.25 ਨੂੰ ਕਿਵੇਂ ਵਧਾਉਣਾ ਵੀ ਪੀ ਟ੍ਰਿਪਲ ਐਸ ਬੀ ਜਿਹੜੀ ਗੇਮ ਹੈ ਕਿੱਥੋਂ ਤੱਕ ਕਮਾ ਸਕਦੀ ਹੈ ਕਿਹੜੀਆਂ-ਕਿਹੜੀਆਂ ਕੁੰਡੀਆਂ 'ਚ ਤੁਹਾਨੂੰ ਫਸਾ ਕੇ ਪਿੱਛੇ ਰੱਖ ਸਕਦੀ ਹੈ ਪੂਰੇ ਦੇਖੋ ਜਿਹੜਾ ਟੌਪ ਟੌਪ 10 ਬੱਚੇ ਨੇ ਆਪਾਂ ਐਕਸਾਈਜ਼ ਇਨਸਪੈਕਟਰ ਦਾ ਟਾਪਰ 99 ਨੰਬਰ ਲੈ ਗਿਆ ਜੀ ਕੱਟ-ਆਫ ਗਈ ਹੈ ਜੀ 81 ਠੀਕ ਹੈ ਪਹਿਲੇ 10 ਨੂੰ ਛੱਡ ਦੋ 11ਵੇਂ ਰੈਂਕ ਵਾਲਾ 83 ਨੰਬਰ ਲੈ ਰਿਹਾ ਪਹਿਲੇ 10 ਤਾਂ ਚਲੋ ਆਪਾਂ ਕਹਤਾ ਵੀ ਉਹ ਤਾਂ ਗੋਡ ਗਿਫਟਡ ਨੇ ਦਿਨ ਸੀ ਉਹਨਾਂ ਦਾ ਜਿੱਥੇ ਹੱਥ ਧਰਿਆ ਰੱਬ ਨੇ ਸੋਨਾ ਹੀ ਕੱਢਿਆ ਪਟ 11ਵਾਂ ਰੈਂਕ ਤੇ 117ਵਾਂ ਰੈਂਕ ਠੀਕ ਹੈ ਦੋ ਨੰਬਰਾਂ ਦਾ ਹੀ ਫਰਕ ਹੈ ਤਾਂ ਕੋਈ ਲੰਬੀ ਚੌੜੀ ਗੇਮ ਨਹੀਂ ਹੈਗੀ ਇਹ ਇੱਕ ਦੋ ਕੁਐਸਚਨਾਂ ਦੀ ਸਾਰੀਆਂ ਗਰਾਰੀਆਂ ਨੇ ਜੜੀਆਂ ਸਸੀਆਂ ਪਈਆਂ ਨੇ ਤੇ ਨੌਕਰੀਆਂ ਇੰਨੀਆਂ ਸੋਹਣੀਆਂ ਨੇ ਛੱਡਦਾ ਕੋਈ ਵੀ ਨਹੀਂ ਠੇਰਾ ਲੱਗਿਆ ਬੇਟੀਆਂ ਬੂਟੀਆਂ ਤਾਂ ਦੂਰ ਦੀਆਂ ਉਂਗਲਾਂ ਨੇ ਬੇਟੀਆਂ ਤਾਂ ਕਲਰਕ ਦੀਆਂ ਮਸਾਂ ਕਲੀਅਰ ਹੁੰਦੀਆਂ ਨੇ ਠੀਕ ਹੈ ਤਾਂ 1968 ਦੇ ਵਿੱਚ ਇਹ ਬਣ ਗਈ ਸੀ ਸੈਕਸ਼ਨ 4 ਸੀਗਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦਾ ਹੁਣ ਚਲ ਇਹਦੀ ਥਾਂ ਤੇ ਕੁਐਸਚਨ ਆ ਜੇ ਵੀ ਚੰਡੀਗੜ੍ਹ ਹੈ ਜਿਹੜਾ ਯੂਟੀ ਕਿਹੜੇ ਐਕਟ ਦੇ ਰਾਹੀਂ ਬਣਿਆ ਸੀਗਾ ਠੀਕ ਹੈ ਇਹ ਸਿੰਪਲ ਜਿਹਾ ਕੁਐਸਚਨ ਹੈ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਉੱਥੇ ਇੱਕ ਆਪਸ਼ਨ ਹੋਰ ਵੀ ਹੈ ਚੰਡੀਗੜ੍ਹ ਰੀਆਰਗੇਨਾਈਜੇਸ਼ਨ ਐਕਟ ਐਵੇਂ ਲਾ ਲਓ ਐਸੇ ਹੋਇਆ ਨਹੀਂ ਹੈ ਜਾਂ ਕੁਝ ਹਰਿਆਣਾ ਰੀਆਰਗੇਨਾਈਜੇਸ਼ਨ ਐਕਟ ਦਾ ਦੇਖੋ ਮੈਂ ਉਹਨਾਂ ਨਾਲ ਤਾਂ ਤੁਹਾਡਾ ਮੁਕਾਬਲਾ ਹੀ ਨਹੀਂ ਕਰ ਰਿਹਾ ਜਿਹੜੇ ਆਲਰੇਡੀ ਕਲਰਕ ਐਕਸਾਈਜ਼ ਜਾਂ ਕੋਈ ਗਰੁੱਪ ਸੀ ਦੀ ਨੌਕਰੀ ਤੇ ਲੱਗੇ ਹੋਏ ਨੇ ਆਪ ਇਨਸਪੈਕਟਰ ਨੇ ਉਹ ਇੱਧਰ ਆਉਣਾ ਚਾਹੁੰਦੇ ਨੇ ਠੀਕ ਹੈ ਕਿਉਂਕਿ ਹਸਾਲ ਕਾਨੂੰਨਾਂ ਨੂੰ ਪਤਾ ਲੱਗ ਜੂਗਾ ਨਾ ਵੀ ਕੰਮ ਬਹੁਤ ਹੈ ਅੱਗੇ ਪੜਿਆ ਨਹੀਂ ਜਾ ਰਿਹਾ ਜਿਹੜਾ ਬੰਦਾ ਅੱਜ ਐਸਾ ਹੀ ਹੈ 340 ਨੰਬਰ ਲੈ ਕੇ ਉਹ ਲੱਗਿਆ ਉਹਨੂੰ ਪਤਾ ਹੈ ਕਿ ਉਹਦੇ ਚ ਪੋਟੈਂਸ਼ੀਅਲ ਕੀ ਹੈ ਉਹ ਜਿਹੜੇ ਬੰਦੇ ਤੋਂ ਪੜ ਕੇ ਲੱਗਿਆ ਉਹ ਵੀ ਹੁਣ ਰੋਜ਼ ਫੋਨ ਕਰਕੇ ਕਹਿੰਦਾ ਸਿਵਲ ਚ ਆ ਜਾ ਅੱਗੇ ਤਿਆਰੀ ਕਰ ਤੂੰ ਬਹੁਤ ਉੱਤੇ ਤੱਕ ਜਾ ਸਕਦਾ ਕਾਕਾ ਜੇ ਤੂੰ ਥੀ ਰਹਿ ਗਿਆ ਔਖਾ ਹੋ ਜਾਊਗਾ ਉਹਨਾਂ ਨਾਲ ਤੁਹਾਡਾ ਮੁਕਾਬਲਾ ਹੈ ਉਹਨਾਂ ਨੂੰ ਤੁਸੀਂ ਪਿੱਛੇ ਕੱਢਣਾ ਹੈ ਬਸ ਤੁਹਾਡੇ ਲੋਵੇ ਇੱਕੋ ਪਲੱਸ ਪੁਆਇੰਟ ਹੈ ਜਿਹੜੇ ਨਵੇਂ ਬੱਚੇ ਨੇ ਤੁਹਾਡੇ ਲੋਵੇ 24 ਘੰਟੇ ਨੇ ਬਟ ਉਹਨਾਂ ਕੋਲੇ 24 ਘੰਟੇ ਨਹੀਂ ਹੈਗੇ ਉਹਨਾਂ ਦਾ ਵੀ ਅੱਠ ਸੌਂਦੇ ਨੇ ਅੱਠ 10 ਡਿਊਟੀ ਦੇ ਨੇ ਸਿਰਫ 8 ਘੰਟੇ ਨੇ ਤੁਹਾਡੇ ਲੋਵੇ ਸਿਰਫ ਹੀ ਸਿਰਫ ਖਾਣ ਤੇ ਸੌਣ ਦੇ 8 ਘੰਟੇ ਨੇ 16 ਘੰਟੇ ਤੁਸੀਂ ਜੋ ਤੁਹਾਡਾ ਜੀ ਕਰਦਾ ਉਹ ਕਰੋ ਜਿੱਥੋਂ ਪੜਨਾ ਏ ਜਿੰਨੇ ਪੜਨਾ ਉਹ ਕਰੋ ਜਦੋਂ ਉਹ ਬੇਰੁਜ਼ਗਾਰ ਸੀ ਜਿੰਨੇ ਉਹ ਪੜਦੇ ਸੀ ਅੱਜ ਉਹਨਾਂ ਨੂੰ ਪਿੱਛੇ ਕੱਢਣ ਵਾਸਤੇ ਉਹਨਾਂ ਜਿੰਨਾ ਤਾਂ ਪੜ੍ਹਨਾ ਹੀ ਪੈਣਾ ਹੈ ਬਟ ਜਿੰਨੇ ਉਹ ਪਹਿਲਾਂ ਬੇਰਜਗਾਰ ਹੁੰਦੇ ਪੜਦੇ ਸੀਗੇ ਉਹਨਾਂ ਵੀ ਪੜਨਾ ਪੈਣਾ ਪੜਨਾ ਬਾਲਾ ਪੈਣਾ ਨੌਕਾ ਆਪਾ ਗੋਡ ਗਿਫਟ ਤਾਂ ਹੈ ਨਹੀਂ ਆਪਣੇ ਤਾਂ ਕਰਮਾਂ ਚ ਲਿਖਿਆ ਨਹੀਂ ਕੋਈ ਕਹਿੰਦੇ ਨੇ ਨਾ ਵੀ ਇਹ ਤਾਂ ਜਿੱਦੇ ਤੇਰੀ ਕਿਸਮਤ ਹੋਊਗੀ ਨੌਕਰੀ ਉਦੋਂ ਲੱਗੂ ਨੋ ਡਾਊਟ ਲੱਗੂਗੀ ਮੈਂ ਨਹੀਂ ਮੈਟਰ ਕਰਦਾ ਕਿਸਮਤ ਕੀ ਹੈ 80 ਕਟਆਫ ਗਈ ਹੈ ਜੀ 84 ਕਟਆਫ ਗਈ ਹੈ 82 ਤੁਹਾਡੀ ਮਿਹਨਤ ਦੇ ਨੇ 2 ਤੁਹਾਡੀ ਕਿਸਮਤ ਦੇ ਨੇ ਮੈਂ ਤਾਂ ਇੱਥੇ ਤੱਕ ਕਰਦਾ ਵੀ ਦੋ ਤੁਸੀਂ ਕੁਐਸਚਨਾਂ ਤੁੱਕੇ ਲਾਏ ਚਾਰ ਦੇ ਲਾਏ ਤਿੰਨ ਠੀਕ ਹੋ ਗਏ ਇੱਕ ਗਲਤ ਹੋ ਗਿਆ ਯੂ ਆਰ ਵੈਰੀ ਲੱਕੀ ਪਰਸਨ ਇਹੀ ਲੱਕ ਹੈ ਹਾਂ ਕੱਟ ਆਫ 84 ਜਾਰੀ ਹੈ ਲੱਗੂਗੇ ਤੁਸੀਂ ਕਿਸਮਤ ਨਾਲ ਵੀ ਬਟ ਉਹ ਦੋ ਨੰਬਰਾਂ ਦਾ ਤੁਸੀਂ ਕੀ ਕਰੋਗੇ ਤੁਸੀਂ ਕਿਸਮਤ ਦਾ ਕੀ ਕਰੋਗੇ ਜੇ ਪਿੱਛੇ ਜਿਹੜਾ ਬੇਸ 82 ਵਾਲਾ ਹੈ ਹੀ ਨਹੀਂ ਜੇ ਅੱਜ ਕੋਆਪਰੇਟਿਵ ਇਨਸਪੈਕਟਰ ਦੀ ਜਿਹੜੀ ਕੱਟ ਆਫ ਹੈ ਉਹ 83 ਕੁਐਸਚਨ ਜਾਰੀ ਹੈ ਇਹ ਨੰਬਰ ਨਹੀਂ ਦੱਸ ਰਿਹਾ ਕੁਐਸਚਨ ਦੱਸ ਰਿਹਾ 120 ਚੋਂ 83 ਕੁਐਸਚਨ ਜਾਰੀ ਹੈ ਕਾ ਮੈਕਸਿਮਮ ਕੈਂਡੀਡੇਟ ਕੌਣ ਲੱਗ ਰਹੇ ਨੇ ਜਿਨ੍ਹਾਂ ਦੇ 84 ਤੱਕ ਹੀ ਕੁਐਸਚਨ ਠੀਕ ਨੇ ਟੌਪ ਜੇ 300 ਪੋਸਟਾਂ ਸੀਗੀਆਂ ਟੌਪ 50 ਨਾਲ ਤਾਂ ਮੁਕਾਬਲਾ ਹੀ ਨਹੀਂ ਯਾਰ ਤੁਸੀਂ ਉਹਨਾਂ ਤੋਂ ਕੀ ਲੈਣਾ ਆਪਾਂ ਇੰਨੇ ਤਾਂ ਲੱਕੀ ਹੈ ਨਹੀਂ ਚਲੋ ਜੇ ਆਗੇ ਬੈਟਰ ਹੈ ਫਿਰ ਤਾਂ ਬਾਬਾ ਜੀ ਦੀ ਕਿਰਪਾ ਹੈ ਜੇ ਤੁਸੀਂ ਟੌਪ 50 ਚਾਹੁੰਦੇ ਹੋ ਬਟ ਇਸ ਟਾਈਮ ਤੁਹਾਨੂੰ ਮੈਂ ਪਹਿਲੀ ਗੱਲ ਕੀ ਕਹੀ ਸੀ ਵੀ ਭਾਵੇਂ ਰੱਬਾ ਪਠਾਨ ਕੋਟ ਲਵਾ ਦੇ ਲਵਾ ਦੇ ਪਹਿਲੀ ਪ੍ਰਾਇੋਰਟੀ ਇਹ ਹੈ ਨਾ ਪ੍ਰਾਇੋਰਟੀ ਤੱਕ ਪਹੁੰਚੋ ਉਹ ਇੱਕ ਦੋ ਕੁਐਸਚਨਾਂ ਦੀ ਹੀ ਗੇਮ ਹੈ 80 ਆ ਕੇ ਕੈਸੀ ਕਟੋਆ ਬੱਗੀ ਮੈਂ ਇਹੋ ਜਿਹੇ ਬੰਦੇ ਵੀ ਦੇਖੇ ਨੇ ਕਲਰਕ ਦੇ ਵਿੱਚ ਐਡਵਰਟਾਈਜ਼ਮੈਂਟ ਨੰਬਰ 15 ਜਿਹੜੇ ਮੈਨੂੰ ਮਿਲਦੇ ਨੇ ਜਿਨ੍ਹਾਂ ਨੇ ਨੰਬਰ .25 ਹੀ ਘਟਨੇ ਆ ਸਰ ਆ ਵੇਟਿੰਗ 'ਚ নো ਡਾਊਟ ਹੁੰਨ ਦਾ ਨਾਮ ਆ ਜੂਆ ਬਟ 8 ਮਹੀਨਿਆਂ ਬਾਅਦ ਉਹ ਕਹਿੰਦੇ ਨੇ ਯਾਰ ਪਤਾ ਨਹੀਂ ਕਿ ਕਿਹੜੇ ਰਾਜੇ ਦੀ ਲੰਕਾ ਹੋਊਗੀ ਕੀ ਚੱਲ ਰਿਹਾ ਹੋਊਗਾ ਪਹਿਲਾਂ ਇੱਕ ਵਾਰੀ 2019 ਤੱਕ ਨਾ ਰੁਝਾਨ ਘਟ ਗਿਆ ਸੀਗਾ ਸਰਕਾਰੀ ਨੌਕਰੀਆਂ ਦਾ ਲੋਕ ਆਪਣੇ ਕਿੱਤਿਆਂ 'ਚ ਪੈਗੇ ਸੀ ਪਰ ਜਦੋਂ ਕੋਵਿਡ ਆਇਆ ਨਾ ਜਦੋਂ ਚੜੇ ਮਹੀਨੇ ਤੰਨ ਹੋ ਜਾਂਦੀ ਹੈ ਫੋਨ ਦੇ ਵਿੱਚ ਵੀ ਸਰ ਪੇ ਪੈ ਗਈ ਉਹ ਮਜ਼ਾ ਹੀ ਲੱਗਿਆ ਜਦੋਂ ਮੰਮੀ ਡੈਡੀ ਨੂੰ ਫੋਨ ਦੀ ਕਰਨ ਦੀ ਥਾਂ ਜਾਂ ਭੈਣ ਡੈਡੀ ਨੂੰ ਫੋਨ ਕਰਨ ਦੀ ਥਾਂ ਜਾਂ ਕਿਸੇ ਹੋਰ ਤੋਂ ਮੰਗਣ ਦੀ ਥਾਂ ਤੁਹਾਨੂੰ ਫੋਨ ਕਰਕੇ ਕਹਿੰਦੀ ਹੈ ਨਾ ਵੀ ਪੁੱਤ ਵੀ ਮੜਾ ਜਾ ਹੁੰਦਾ ਹੋਇਆ ਆਹ ਫੜ ਲੈ ਬਹੁ ਮਜਾਉਂਦਾ ਤੇ ਤੋ ਪੈਸੇ ਹੁੰਦੇ ਨੇ ਜੇਬ ਚ ਇਹ ਮੇਰੀ ਗੱਲ ਯਾਦ ਰੱਖਿਓ ਇਹ ਦਿਨ ਤੱਕ ਪਹੁੰਚਣ ਲਈ ਬਹੁ ਮਿਹਨਤ ਕਰਨੀ ਪੈਣੀ ਹੈ ਫਾਲਤੂ ਦੀਆਂ ਚੀਜ਼ਾਂ ਨੂੰ ਛੱਡਣਾ ਪੈਣਾ ਮੈਂ ਨਹੀਂ ਕਹਿੰਦਾ ਫੋਨ ਛੱਡ ਦਿਓ ਬਿਨਾ ਬਹੁਤ ਤੋ ਲੱਗਣਾ ਬਹੁਤ ਮੁਸ਼ਕਲ ਹੈ ਲੱਗਿਆ ਜਾ ਸਕਦਾ ਬਹੁਤ ਮੁਸ਼ਕਲ ਹੈ YouTube ਦੇਖੋ ਉਥੋਂ ਪੜੋ ਜਿੱਥੋਂ ਪੜਿਆ ਜਾਂਦਾ ਪੜੋ ਮੈਟਰ ਨਹੀਂ ਕਰਦਾ ਐਟ ਦੀ ਐਂਡ ਤੁਹਾਡਾ ਲਿਸਟ 'ਚ ਨਾਮ ਹੈਗਾ ਓਕੇ ਨਹੀਂ ਹੈਗਾ ਗਲਤ ਹੈ ਲਿਸਟ ਜਿਨਾਮ ਹੋਣਾ ਜ਼ਰੂਰੀ ਹੈ ਤਾਂ ਹੀ ਤੁਹਾਡੀ ਜਿਹੜੀ ਤਪੱਸਿਆ ਉਹ ਤਪੱਸਿਆ ਮੰਨੀ ਜਾਊਗੀ ਨਹੀਂ ਤਪੱਸਿਆ ਕੋਈ ਇਹ ਕੋੜਾ ਸੱਚ ਹੈ ਮੈਂ ਫੇਸ ਕਰਿਆ ਨੇ ਇਹ ਚੀਜ਼ਾਂ ਤਾਂ ਹੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਹੌਲੀ ਬੋਲ ਕੇ ਠੀਕ ਹੈ ਚਲ ਅਗਲਾ ਕੁਐਸਚਨ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੀ ਰਿਵਰ ਨੂੰ ਕਿਹੜੀ ਸਟੇਟ ਦੇ ਵਿੱਚੋਂ ਨਰਮਦਾ ਰਿਵਰ ਨਹੀਂ ਲੰਘਦੀ ਦੇਖੋ ਜੀਓਗ੍ਰਾਫੀ ਦਾ ਟਿਪੀਕਲ ਕੁਐਸਚਨ ਹੈ ਹੁਣ ਇੱਕ ਗੱਲ ਹੋਰ ਯਾਦ ਰੱਖਿਓ ਜਿਹੜਾ ਪੀਐਸਟ ਟੂ ਹੋਇਆ ਹੈ ਉਦਿਤ ਜੀਓਗ੍ਰਾਫੀ ਦੇਖੋ A ਦੀ ਕੁਐਸਚਨ ਦੇਖੋ ਜੀਓਗ੍ਰਾਫੀ ਦੇ 11 ਫਿਰ ਪੀਟਰ ਪਲਸ ਬੀ ਦਾ ਜਿਹੜਾ ਕੋਈ ਜੀਓਗ੍ਰਾਫੀ ਦਾ ਕੁਐਸਚਨ ਆ ਜੋਨੋ ਜੂਨ ਜਿਹੇ ਤੇ ਜਿਹੜੀ ਉਹ ਪੁੱਛੀ ਜਾਂਦੀ ਹੈ ਜਾਂ ਵੈਸਟਰਨ ਡਿਸਟਰਬੈਂਸ ਤੇ ਵੀ ਜਿਹੜੀਆਂ ਸਹਾਲਾਂ ਦੇ ਵਿੱਚ ਆਪਣੇ ਮੀਂਹ ਪੈਂਦਾ ਉਹ ਜਦੋਂ ਆਪਣੇ ਸਬਾ ਦੇ ਦਿਨ ਚੱਲ ਰਹੇ ਹੁੰਦੇ ਨੇ ਠੀਕ ਹੈ ਚਾਰ ਸਹਬਜਾਦਿਆਂ ਦੇ ਤਾਂ ਉਦੋਂ ਸੌਰੀ ਛੋਟੇ ਸਹਬਜਾਦਿਆਂ ਦੇ ਤਾਂ ਉਦੋਂ ਆਪਾਂ ਜਿਹੜੇ ਉਦੋਂ ਮੀਂਹ ਪੈਂਦੇ ਨੇ ਵੈਸਟਰਨ ਡਿਸਟਰਬੈਂਸ ਵੀ ਜਿਹੜੀਆਂ ਪਛਮੀ ਪੌਣਾ ਆ ਗਈਆਂ ਤੇ ਆ ਕੇ ਉਹਨਾਂ ਨੇ ਆਪਣੀ ਕਣਕ ਦੇ ਉੱਤੇ ਮੀਂਹ ਪਾ ਦਿੱਤਾ ਤੇ ਆਪਾਂ ਕਹਿੰਦੇ ਆ ਵੀ ਬਾਰ ਬਾਰ ਧੰਨਵਾਦ ਤੇਰਾ ਠੀਕ ਹੈ ਇਹ ਕੁਦਰਤ ਦੇ ਬਣਾਏ ਨਿਯਮ ਨੇ ਉਹ ਉਹਨਾਂ ਤੱਕ ਹੀ ਖੜੇ ਸੀਗੇ ਬਟ ਜਦੋਂ ਤੁਸੀਂ ਟੈਕਨੀਕਲ ਅਸਿਸਟੈਂਟ ਦਾ ਪੇਪਰ ਦੇਖਦੇ ਹੋ ਤਾਂ ਨਰਮਦਾ ਰਿਵਰ ਕਿਹੜੀਆਂ ਤਿੰਨ ਸਟੇਟਸ 'ਚ ਨਹੀਂ ਸਿਰਫ ਜੀਨਾ ਚੋਂ ਲੰਘਦੀ ਹੈ ਐਮ ਐਮ ਜੀ ਜੀ ਐਮ ਐਮ ਜੋ ਮਰਜ਼ੀ ਜਿਆਦਾ ਕਰ ਲਓ ਉੱਥੇ ਬਸ ਚੌਥੀ ਆਪਸ਼ਨ ਇਹਨਾਂ ਨੂੰ ਤਾਂ ਚਲੋ ਕਰਨਾਟਕਾ ਦੇਤੀ ਮਤਲਬ ਜੇ ਤੁਹਾਨੂੰ ਛੋਟੀਆਂ ਮੋਟੀਆਂ ਚੀਜ਼ਾਂ ਦਾ ਵੀ ਪਤਾ ਹੈ ਤਾਂ ਯੂ ਕੈਨ ਈਜ਼ਲੀ ਕ੍ਰੈਕ ਦੀ ਕੁਐਸਚਨ ਬਾਏ ਦੀ ਐਲੀਮੀਨੇਟਿੰਗ ਮੈਥਡ ਤਾਂ ਐਲੀਮੀਨੇਟ ਕਰੋ ਆਪਸ਼ਨਾਂ ਨੂੰ ਵੀ ਆ ਤਾਂ ਯਾਰ ਤਿੰਨੇ ਨੇੜੇ ਨੇੜੇ ਨੇ ਆਰਡਰ ਬੁੱਡਰ ਜੇ ਤਾਂ ਲੱਗਦੇ ਨੇ ਇੱਕ ਦੂਜੇ ਨਾਲ ਵੀ ਇੱਕੋ ਰੀਵਰ ਤਿੰਨਾਂ ਚੋਂ ਲੰਘ ਸਕਦੀ ਹੈ ਬਟ ਕਰਨਾਟਕਾ ਸਿਰਫ ਮਹਾਰਾਸ਼ਟਰ ਨਾਲ ਲਵੇ ਹੈ ਇੱਧਰ ਮੈਨੂੰ ਥੋੜਾ ਜਿਹਾ ਡਾਊਟ ਲੱਗ ਰਿਹਾ ਜੇ ਤੁਸੀਂ ਇੰਨੇ ਕੁ ਵੀ ਉੱਥੇ ਚੌਕਸ ਹੋ ਤੇ ਥੋੜਨੇ ਕਰੇ ਇਹ ਵੀ ਕੁਐਸਚਨ ਕਰੇ ਹੋਏ ਨੇ ਬਾਈ ਅਲੀ ਜਿਹੜੇ ਦੇਖੋ ਲੱਗੇ ਹੋਏ ਨੇ ਮੈਂ ਉਹਨਾਂ ਨਾਲ ਨਹੀਂ ਗੱਲ ਕਰ ਰਿਹਾ ਮੈਂ ਇਹ ਦੂਜੇ ਬੱਚੇ ਨਾਲ ਗੱਲ ਕਰ ਰਿਹਾ ਤੁਹਾਡੇ ਨਾਲ ਮੈਂ ਆਉਂਗਾ ਥੋੜੇ ਵਾਸਤੇ ਕੁਸ਼ਨ ਪਏ ਨੇ ਹਜੇ ਪਿਛਲੇ 5 ਠੀਕ ਹੈ ਥੋੜੇ ਤੱਕ ਮੈਂ ਆਉਂਗਾ ਤੁਸੀਂ ਲੋਗੂ ਆ ਹਾਂ ਅਸੀਂ ਇਹੀ ਕਰਦੇ ਆਂ ਪੇਪਰਾਂ ਦੇ ਵਿੱਚ ਠੀਕ ਹੈ ਤੁਸੀਂ ਕਰਦੇ ਹੋ ਬਟ ਅਗਲਾ ਦੇਖੋ ਦਾ ਫਾਇਰਫਲਾਈ ਬਰਡ ਡਾਇਵਰਟਰ ਕਹਿੰਦੇ ਵੀ ਇੱਕ ਬਰਡ ਨੂੰ ਬਰਡ ਹੁੰਦਾ ਪੰਛੀ ਡਾਇਵਰਟਰ ਮਤਲਬ ਉਹਨੂੰ ਪਰਾਂ ਕਰਨ ਵਾਲਾ ਇੱਕ ਇਨੀਸ਼ੀਏਟਿਵ ਲਿਆਂਦਾ ਹੈ ਮਿਨਿਸਟਰੀ ਆਫ এনवायरमेंट ਨੇ ਠੀਕ ਹੈ ਤੇ ਕਲਾਈਮੇਟ ਚੇਂਜ ਨੇ ਤੋ ਕਿਹੜੇ ਜਾਨਵਰ ਨੂੰ ਬਚਾਉਣਾ ਚਾਹੁੰਦੇ ਨੇ ਇਹ ਮੈਥਡ ਦੇ ਨਾਲ ਆਜੋ ਲਾਓ ਐਲੀਮੀਨੇਸ਼ਨ ਬੰਗਾਲ ਫਲੋਰਿਅਨ ਇੰਡੀਅਨ ਗ੍ਰੇਟ ਇੰਡੀਅਨ ਬਸਟਰਡ ਇੰਡੀਅਨ ਬਲਚਰ ਏਸ਼ੀਅਨ ਕੋਇਲ ਕਿਹੜੇ ਬਰਡ ਨੂੰ ਬਚਾਉਣ ਵਾਸਤੇ ਆਪਾਂ ਨੇ ਇਹ ਮੈਥਡ ਲਿਆਂਦਾ ਬਰਡ ਡਾਇਵਰਟਰ ਵਾਲਾ ਫਾਇਰਫ्लाई ਬਰਡਡ ਬੱਟਰ ਚਲੋ ਮੈਂ ਜਾਦੇ ਗੱਲਾਂ ਚੱਲੀ ਪੈਂਦਾ ਤੇ ਇਹ ਕਦੇ ਵਾਸਤੇ ਆਇਆ ਗ੍ਰੇਟ ਇੰਡੀਅਨ ਬਸਟਰਡ ਵਾਸਤੇ ਇਹ ਲਿਆਂਦਾ ਗਿਆ ਇੱਕ ਕ੍ਰਿਟੀਕਲੀ ਇਨ ਡੇਂਜਰਡ ਦੇਖੋ ਮੈਂ ਤੁਹਾਨੂੰ ਫੇਰ ਉਹੀ ਪਹਿਲੇ ਕੁਐਸਚਨ ਚ ਜੋ ਗੱਲਾਂ ਕਹੀਆਂ ਸੀ ਵੀ ਇਹ ਕੁਐਸਚਨ ਕੌਣ ਕਰੂਗਾ ਜਿਹਨੇ ਡੱਬਾ ਪੜਿਆ ਹੋਇਆ ਆ ਡੱਬਾ ਕੌਣ ਪੜੂਗਾ ਜਿਹੜਾ ਪੀਪੀਐਸਸੀ ਦੀ ਤਿਆਰੀ ਕਰਦਾ ਰਿਹਾ ਹੈ ਪੀਪੀਐਸਸੀ ਦੀ ਤਿਆਰੀ ਵਾਲਾ ਬੱਚਾ ਹੁਣ ਕੀ ਕਰੂਗਾ ਜਦੋਂ ਉਹ ਦੇਖ ਰਿਹਾ ਵੀ ਪੀ ਟ੍ਰਿਪਲ ਐਸਬੀ ਨੂੰ ਪੇਪਰ ਵਾ ਗਿਆ ਉਹ ਕੋਈ ਨਾ ਖबरा ਨਾ 50 ਨੰਬਰ ਦੀ ਜੀਐਸ ਤੇਰੇ ਹੱਕ ਚ ਪਈ ਹੈ ਇਹਨੂੰ ਦੂਜਾ ਬੱਚਾ ਨਹੀਂ ਕਰ ਸਕਦਾ ਤੇ ਜੀਐਸ ਦੇ ਵਿੱਚੋਂ ਜੇ ਤੇਰੇ 10 ਚੋਂ 8 ਆ ਰਹੇ ਨੇ ਕਾਕਾ ਤੂੰ ਗਲਤ ਹੈ ਇਹਨੂੰ ਵਧਾ ਜੇ ਜ ਕੋਈ ਬੈਂਕਿੰਗ ਵਾਲਾ ਬੱਚਾ ਹੈ ਜਾਂ ਇਹ ਹੈ ਦਾ ਬੱਚਾ ਜਿਹਦਾ ਟੈਕਨੀਕਲ ਸਬਜੈਕਟ ਸਟਰੋਂਗ ਨੇ ਉਹਨੇ ਤਾਂ ਸਟਰੋਂਗ ਕਰਨੀ ਹੀ ਕਰਨਾ ਉਹਦੇ ਬਾਕੀ 70 ਦੇ ਵਿੱਚੋਂ ਬਾਕੀ 70 ਵੀ ਨਹੀਂ ਮੈਂ ਤਾਂ ਮੰਨਦਾ ਬਾਕੀ 55 ਦੇ ਵਿੱਚੋਂ ਕਿਉਂਕਿ 15 ਤਾਂ ਪੰਜਾਬੀ ਗ੍ਰਾਮਰ ਹੈ ਨਾ ਬਾਕੀ 55 ਚੋਂ ਕੀ ਕਰ ਲੇਗਾ ਤੂੰ ਕਿਉਂ 65 ਨੰਬਰਾਂ ਨੇ ਜਿਹੜੇ ਇਹ ਤਾਂ ਡਿਸਾਇਡਰ ਨੇ ਡਿਸਾਇਡਰ ਕੀ ਇਹੀ ਨੇ ਪੇਪਰਾਂ ਦੇ ਵਿੱਚ ਮੈਂ ਤਾਂ ਜਦੋਂ 50 ਨੰਬਰ ਦੇਖੇ GS ਦੇ ਮੈਂ ਕਿਹਾ ਪੀਪੀਐਸਸੀ ਵਾਲੇ 80 ਵੀ ਨਹੀਂ ਇਹਦਾ ਮੁਕਾਬਲਾ ਕਰ ਸਕਦੇ ਉਹ ਤਾਂ ਅੱਸੀ ਹੁੰਦੀ ਹੀ ਨਹੀਂ ਸੀ ਇਹ 50 ਹੋਣ ਵਾਲੇ ਨੇ ਪਰ ਹੋਣਗੇ ਕਿਦੇ ਦੇਖੋ ਪੀਪੀਐਸਸੀ ਦੇ 80 ਕੁਸਚਨ ਹੁੰਦੇ ਸੀ ਆਪਾਂ ਕਹਿੰਦੇ ਸੀ ਜਿਹਦੇ 50 ਠੀਕ ਹੋਗੇ 2 ਲੱਗ ਜਾਏਗਾ ਉਧਰੋਂ 40 ਚੋਂ 30 ਠੀਕ ਹੋਗੇ ਮੈਥ ਰੀਜ਼ਨਿੰਗ ਦੇ 80 ਵਾਲਾ ਬੰਦਾ ਲੱਗ ਜਾਂਦਾ ਸੀਗਾ ਕੋਆਪਰੇਟਿਵ ਇੰਸਪੈਕਟਰ 81 82 83 ਵਾਲਾ ਬੱਚਾ ਲੱਗ ਗਿਆ ਮਤਲਬ ਜਿਹਦੇ 30 31 ਮੈਥ ਦੇ ਠੀਕ ਹੋਗੇ 40 ਚੋਂ ਤੇ 50 51 ਜੀਐਸਟੀ ਠੀਕ ਹੋਗੇ ਇੱਥੇ ਤਾਂ ਕੁਸਚਨ ਹੀ ਮਿਆਂ ਨੇ ਉਹਦੇ 80 ਤੇ ਇਹਦੇ 50 'ਚ ਕੋਈ ਬੜਾ ਫਰਕ ਨਹੀਂ ਹੈਗਾ ਕਿਤੇ ਤੁਸੀਂ ਕਹੋ ਪੀਪੀਐਸਸੀ ਮਿਲਦਾ ਯਾਰ ਕੱਲੀ ਜੀਐਸ ਪੜ੍ਹਨੀ ਪੈਂਦੀ ਸੀ ਹੁਣ ਇਹਨਾਂ ਨੇ 50 ਦੀ ਉਹ ਕਰਤੀ ਜੀਐਸ ਇਹਨੂੰ 50 ਨੂੰ ਨਾ ਦੇਖੋ ਤੁਸੀਂ ਉਹਦੇ 80 ਤੇ 50 ਦੇ ਵਿੱਚ ਚੀਜ਼ਾਂ ਦੇਖੋ ਵੀ ਉਹਦੇ 'ਚੋਂ ਤਾਂ 80 'ਚੋਂ 50 ਹੀ ਹੁੰਦੇ ਸੀ ਇਹ 50 ਦੇ ਵਿੱਚ ਤੁਹਾਨੂੰ 48 47 ਵਾਲੇ ਬੱਚੇ ਨਿਕਲਣਗੇ ਜਿਨ੍ਹਾਂ ਨੇ ਮਿਹਨਤਾਂ ਲਾਈਆਂ ਨੇ ਜਿਨ੍ਹਾਂ ਨੇ ਰਾਤਾਂ ਗਾਲੀਆਂ ਕਰੀਆਂ ਨੇ ਤੇ ਅੱਖਾਂ ਕਾਲੀਆਂ ਕਰੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਅਗਲਾ ਕੁਸ਼ਣ ਆਜੋ ਇੱਕ ਰਹਿ ਗਿਆ ਆਪਣਾ ਪਿੱਛੇ ਇੱਕ ਕੜਕਨਾਥ ਨਾਮ ਦਾ ਰਾਣੀ ਹੈ ਇਹਨੂੰ ਜੀਆਈ ਟੈਗ ਮਿਲਿਆ ਇਹ ਕਿਸ ਦਿਨ ਰਿਲੇਟਡ ਹੈ ਚਿਕਨ ਨਾਲ ਰਿਲੇਟਡ ਹੈ ਮੁਰਗਾ ਤੇ ਕੁਸ਼ਨ ਹੀ ਬਹੁਤ ਸੌਖਾ ਆ ਗਿਆ ਬਟ ਇਹਦੇ ਚ ਇੱਕ ਇੰਡੀਕੇਸ਼ਨ ਦਿੱਤਾ ਵੀ ਟ੍ਰਿਪਲ ਐਸ ਵੀ ਨੇ ਜੀਆਈ ਟੈਗ ਕੀ 1999 ਵਾਲੇ ਐਕਟ ਤੁਸੀਂ ਪੜੋਗੇ 2000 ਵਾਲੇ ਐਕਟ ਪੜੋਗੇ ਜੀਆਈ ਟੈਗ ਵਾਲੇ ਕਿਹੜੀ ਚੀਜ਼ ਨੂੰ ਪਹਿਲਾਂ ਇਹ ਹੁੰਦਾ ਕੀ ਹੈ ਜੀਆਈ ਟੈਗ ਤੇ ਬੱਚਾ ਕੌਣ ਪੜੂਗਾ ਉਹੀ ਮੇਨ ਗੱਲ ਹੈ ਜੀ ਇਹ ਜਿਹਨੇ ਡੱਬਾ ਪੜਿਆ ਉਹਕਾ ਕਾੜਕਾ ਦਿਨਾਥ ਚਿਕਨ ਐਮਪੀ ਦਾ ਰੈਣਾ ਹਰੂਣਾ ਨਾ ਲਾਇਆ ਹੋਇਆ ਤੇ ਜੀਓਗ੍ਰਾਫੀ ਇੰਡੀਕੇਸ਼ਨ ਟੈਗ ਮਿਲਿਆ ਇਹਨੂੰ 2017 ਦੇ ਵਿੱਚ ਬਹੁਤ ਫੇਮਸ ਹੁੰਦਾ ਇਹਦਾ ਮੀਟ ਕੁਆਲਿਟੀ ਪੱਖੋਂ ਵੀ ਤੇ ਪ੍ਰੋਟੀਨ ਵੀ ਬਹੁਤ ਜ਼ਿਆਦਾ ਹੁੰਦਾ ਕਿੰਨਾ ਹੁੰਦਾ 25 ਤੋਂ 27% ਇਹਦੇ ਵਿੱਚ ਪ੍ਰੋਟੀਨ ਹੁੰਦਾ ਠੀਕ ਹੈ ਜੀ ਹੁਣ ਅੱਗੇ ਪ੍ਰੋਜੈਕਟ ਲੂਨ ਬਹੁਤ ਜ਼ਿਆਦਾ ਸੋਹਣਾ ਕੁਐਸਚਨ ਕੰਪਿਊਟਰ ਆਉਣਾ ਇਹਦੀ ਤੁਹਾਡੇ ਪੇਪਰ ਦੇ ਵਿੱਚ ਦੇਖੋ ਜੇ ਤਾਂ ਪੀਟਰ ਪਲੱਸ ਵੀ ਨੇ ਉਹੀ ਫੇਰ ਕਹਿ ਰਿਹਾ ਮੈਂ 90% ਪੋਸਿਬਿਲਟੀ ਹੈ ਵੀ ਉਹੀ ਚੀਜ਼ਾਂ ਪਾਉਗੀ ਫੇਰ ਤਾਂ ਤੁਸੀਂ 10 ਚੋਂ 9 ਲਾਉਂਗੀ ਲਾਉਂਗੇ 8 ਲਾਉਂਗੀ ਲਾਉਂਗੇ 10 ਚੋਂ 10 ਵੀ ਲਾਉਂਗੇ ਠੀਕ ਹੈ ਪੜ੍ਹ ਕੇ YouTube ਤੋਂ ਕਰਕੇ ਬਟ ਜੇ ਕੁਆਂਟਮ ਫਿਜ਼ਿਕਸ ਕੁਆਂਟਮ ਕੰਪਿਊਟਿੰਗ ਦੇ ਵਿੱਚੋਂ ਕੁਐਸਚਨ ਆ ਗਏ ਜੇ ਐਸਆਈਟਸੀਐਸ ਨੇ ਜਿਹੜੀ ਐਸਆਈ ਦੇ ਵਿੱਚ ਕੰਪਿਊਟਰ ਉਹ ਪ੍ਰਿੰਟਰ ਪੁੱਛ ਲੇ ਆਪਣੇ ਆਪਸ਼ਨਾਂ ਦੇ ਵਿੱਚ ਵੀ 1 ਐਂਡ 3 ਕਰੈਕਟ ਹੈ 2 ਐਂਡ 4 ਕਰੈਕਟ ਹੈ ਉੱਥੇ ਤੁਹਾਡਾ ਔਖਾ ਹੋ ਜੂ ਬੇਟਾ ਤਾਂ ਉਹਨੂੰ ਚੀਜ਼ ਨੂੰ ਵੀ ਕਵਰ ਕਰਿਓ ਤਾਂ ਪ੍ਰੋਜੈਕਟ ਲੂਨ ਹੈ ਜਿਹੜਾ ਇਹ ਇੰਟਰਨੈਟ ਕਨੈਕਟੀਵਿਟੀ ਵਾਸਤੇ ਹੈ 2011 ਦੇ ਵਿੱਚ ਇਹਨੂੰ Google ਦੀ ਇੱਕ ਕੰਪਨੀ ਪੇਰੈਂਟ ਕੰਪਨੀ ਉਹ ਲੈ ਕੇ ਆਈ ਸੀ ਕਾਦੇ ਵਾਸਤੇ ਗੁਬਾਰੇ ਛੱਡ ਦੰਦੇ ਨੇ ਉੱਤੇ ਇਹੇ ਜੀ ਏਰੀਏ ਦੇ ਵਿੱਚ ਜਿੱਥੇ ਟਾਵਰ ਨਹੀਂ ਲਾਇਆ ਜਾ ਸਕਦੇ ਉਹਨਾਂ ਦੇ ਉੱਤੇ ਉਹਨਾਂ ਨਾਲ ਕਨੈਕਟੀਵਿਟੀ ਹੁੰਦੀ ਹੈ ਲੋਕਾਂ ਤੱਕ ਇੰਟਰਨੈਟ ਪਹੁੰਚਦਾ ਹੈ ਪ੍ਰੋਜੈਕਟ ਲੂਨ ਹੁਣ ਲੂਨ ਨਾਲ ਕਿੰਨੇ ਬੱਚੇ ਚਾਨਨ ਨਾਲ ਕੰਪੇਅਰ ਕਰਕੇ ਆਉਣਗੇ ਇਹ ਪ੍ਰੋਜੈਕਟ ਲੂਨ ਤੇ ਛੋਟੀਆਂ ਮੋਟੀਆਂ ਇਹਨਾਂ ਚ ਵੀ ਨਹੀਂ ਹੁੰਦਾ ਮੈਗਜ਼ੀਨਾਂ 'ਚ ਇਹ ਤਾਂ ਉਹਨਾ ਬੁੱਕਾਂ ਦੇ ਵਿੱਚ ਹੁੰਦਾ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਜਿਹੜੀਆਂ Google ਦੀਆਂ ਪੇਰੈਂਟ ਕੰਪਨੀਆਂ ਨੂੰ ਫੋਲੋ ਕਰ ਰਹੀਆਂ ਨੇ ਇਹ ਤਾਂ ਉੱਥੇ ਆਊਗਾ ਉਸ ਤੋਂ ਬਾਅਦ ਇਕਨੋਮੀ ਦਾ ਦੇਖੋ ਕਿੰਨਾ ਸੋਹਣਾ ਕੁਐਸਚਨ ਕਹਿੰਦੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਿਹਾ ਅਸੀਂ ਜੀਸੈਪ ਕਰਾਵਾਂਗੇ ਕਿ ਜੀਸੈਪ ਕੀ ਹੁੰਦਾ ਉਹ ਫੁੱਲ ਫਾਰਮ ਪੁੱਛੀ ਆ ਦਾ ਇਹ ਹੁੰਦਾ ਗਵਰਨਮੈਂਟ ਸਕਿਉਰिटीज ਐਕ acquisition ਪ੍ਰੋਗਰਾਮ ਠੀਕ ਹੈ ਵੀ ਜਿੰਨੀਆਂ ਗਵਰਨਮੈਂਟ ਦੀਆਂ ਸਿਕਿਉਰਟੀਆਂ ਨੇ ਉਹਨਾਂ ਨੂੰ OMO ਨਾਲ ਹੁਣ OMO ਕੀ ਹੁੰਦਾ ਓਪਨ ਮਾਰਕੀਟ ਆਪਰੇਸ਼ਨ RBI ਕਰਾਉਂਦਾ ਵੀ ਉਹਨਾਂ ਦੀ ਖਰੀਦੋ ਵੇਚ ਕਰੂਗਾ ਗਵਰਨਮੈਂਟ ਸਕਿਉਰਟੀਆਂ ਦੀ ਗਿਲਟ ਐਸ ਧੰ ਪੂਰੀਆਂ ਸਿਕਿਉਰ ਹੈ ਦੇਖੋ ਆਪਾਂ ਕੀ ਕਹਿੰਦੇ ਆ ਤੇਰੇ ਕੋਲ ਪੈਸੇ ਪੈਨੇ ਬੈਂਕ ਚ ਰੱਖਣ ਨੇ ਆਪਾਂ ਕਹਿੰਦੇ ਯਾਰ ਸਰਕਾਰੀ ਬੈਂਕ ਚ ਰੱਖ ਦੀ ਠੋ ਕਿਉਂਕਿ ਸਰਕਾਰ ਭਜਦੀ ਨਹੀਂ ਸਰਕਾਰ ਤੁਹਾਡੇ ਪੈਸੇ ਮੋੜੂਗੀ ਇੱਕ ਫੇਥ ਹੈ ਤੇ ਫੇਥ થી ਕੰਮ ਚੱਲ ਰਿਹਾ ਹਣਾ ਪਰੋਸਿਆਂ ਦੀ ਕੰਮ ਚੱਲ ਰਿਹਾ ਹੈ ਤਾਂ ਹੀ SBI ਚੱਲ ਰਿਹਾ ਹੈ ਜਿੱਦੇ ਦੂਜੇ ਬੈਂਕੀ ਦਾ ਨਾਲ ਪਰੋਸਾ ਦੇਣ ਲੱਗ ਗਿਆ HDFC ਵਰਗੇ ਆਪਾਂ ਉਧਰ ਵੀ ਜਾ ਰਹੇ ਹਾਂ ਉੱਥੋਂ ਸਰਵਿਸ ਵੀ ਲੈ ਰਹੇ ਹਾਂ HDFC ਕਾਮਯਾਬ ਵੀ ਹੋ ਰਿਹਾ ਸਿਰਫ ਇੱਕ ਪਰੋਸੇ ਦੇ ਸਿਰ ਤੇ ਤਾਂ ਗਿਲਟ ਐਸ ਜਸਕਿਉਰਟੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਫੇਮਸ ਹੁੰਦੀਆਂ ਨੇ ਉਸ ਤੋਂ ਬਾਅਦ ਬਹੁਤ ਸਿੰਪਲ ਕੁਐਸਚਨ ਹੈ ਕਹਿੰਦੇ ਇਹਨਾਂ ਦੇ ਵਿੱਚੋਂ ਗਲਤ ਲੱਭ ਦੋ IMPES ਕੀ ਹੁੰਦਾ UPI ਕੀ ਹੁੰਦਾ ਭੀਮ ਕੀ ਹੁੰਦਾ ਤੇ ਸਭ ਤੋਂ ਪਹਿਲਾਂ ਇਹਨਾਂ ਨੇ IRIG ਪੁੱਛ ਲਿਆ ਰੀਅਲ ਟਾਈਮ ਗ੍ਰੋ ਸੈਟਲਮੈਂਟ ਨਹੀਂ ਇਹ ਆਰਟੀਜੀਐਸ ਹੁੰਦਾ ਠੀਕ ਹੈ ਜੀ ਹੁਣ ਇੱਕ ਨੈਫਟ ਹੁੰਦਾ ਇੱਕ ਆਰਟੀਜੀਐਸ ਹੁੰਦਾ ਦੇਖੋ ਨਾਮ ਚ ਪਿਆ ਰੀਅਲ ਟਾਈਮ ਮੌਕੇ ਤੇ ਪੈਸੇ ਭੇਜਦਾਨੇ ਨੇ ਰੀਅਲ ਟਾਈਮ ਦੇ ਵਿੱਚ ਟਾਈਮਿੰਗ ਕੀ ਹੈ 9 ਵਜੇ ਤੋਂ ਲੈ ਕੇ ਦੁਪਹਿਰ ਦੇ 4:30 ਵਜੇ ਤੱਕ ਪਰ ਇਹ 2 ਲੱਖ ਤੋਂ ਉੱਤੇ ਪੈਸੇ ਹੋਣ ਫੇਰ ਹੀ ਆਰਟੀਜੀਐਸ ਹੁੰਦਾ ਹੁਣ ਦੇਖੋ ਤੁਸੀਂ ਮੌਕੇ ਤੇ ਪੈਸੇ ਭੇਜਣੇ ਨੇ ਦੀ ਫੀਸ ਵੀ ਹੁੰਦੀ ਹੈ ਪੈਸੇ ਵੀ ਲੱਗਦੇ ਨੇ ਤਾਂ ਉਹ ਮੌਕੇ ਦੇ ਪੈਸੇ ਭੇਜਣੇ ਨੇ ਤੁਸੀਂ ਕਹੋ ਆ ਲੋ ਜੀ 1000 ਰੁਪਏ ਭੇਜੋ ਉਹ ਕਹਣਗੇ ਯਾਰ ਤੂੰ ਮੂਰਖ ਹੈ ਘੱਟੋ ਘੱਟ ਰਕਮ 2 ਲੱਖ ਲਿਆ ਹੁਣ ਜੇ ਤੁਹਾਡੇ ਲਵੇ ਤੂੰ ਕਹਿੰਦਾ ਥੋੜੇ ਪੈਸੇ ਭੇਜਣੇ ਨੇ ਤਾਂ ਕੋਈ ਮਿਨੀਮਮ ਨਹੀਂ ਕੋਈ ਮੈਕਸਿਮਮ ਨਹੀਂ ਜਿੰਨੇ ਮਰਜ਼ੀ ਭੇਜ ਟਾਈਮਿੰਗ ਸਵੇਰੇ 8 ਤੋਂ 6:30 ਵਜੇ ਤੱਕ ਹੈ 12:30 ਦੁਪਹਿਰ ਤੋਂ ਲੈ ਕੇ ਸੈਟਰਡੇ ਨੂੰ 12:30 ਤੱਕ ਹੈ ਠੀਕ ਹੈ ਤਾਂ ਹੌਲੀ ਹੌਲੀ ਜਿਹੜੀ ਤੁਹਾਡੀ ਪੇਮੈਂਟ ਹੈ ਉਹ ਹੁੰਦੀ ਆ ਫੋਨ ਕਰਕੇ ਪੁੱਛੀ ਜਾਂਦੇ ਹੋ ਆਗੇ ਨਹੀਂ ਆਏ ਚੱਲ ਮੈਂ ਪੁੱਛਦਾ ਆਗੇ ਆਰਟੀਜੀਐਸ ਦੇ ਵਿੱਚ ਇਦਾਂ ਨਹੀਂ ਹੁੰਦਾ ਦੇਖੋ ਏ ਸੀ ਤੁਹਾਡਾ ਪਹਿਲਾ ਪੇਪਰ ਵੀਡੀਓ ਨਾ ਕੱਟਿਓ 2 ਮਿੰਟ ਲਾ ਦਨ ਤੋਂ ਮੈਨੂੰ ਦੇਖ ਲਿਆ ਹੁਣ ਕਿੱਥੇ ਤੱਕ ਪਹੁੰਚੀ ਪਈ ਐ ਪੀ ਟ੍ਰਿਪਲਸ ਵੀ ਜਦੋਂ ਆਪਦੀ ਆਈ ਤੇ ਆ ਜੇ ਤਾਂ ਇਹਨੂੰ ਲਾਈਵ ਨਹੀਂ ਲੈਣਾ ਜੁੜੇ ਰਹਿਣਾ ਮੈਂ ਤੁਹਾਨੂੰ ਦੱਸੂਗਾ ਵੀ ਇਹਨੂੰ ਕਵਰ ਕਿਵੇਂ ਕਰਨਾ ਹੈ YouTube ਦੇ ਉੱਤੇ ਠੀਕ ਐ ਪੂਰੀ ਕੋਸ਼ਿਸ਼ ਕਰੂੰਗਾ ਵੀ YouTube ਦੇ ਉੱਤੇ ਤੁਹਾਨੂੰ ਇਹ ਚੀਜ਼ਾਂ ਦੱਸਾਂ ਵੀ ਪੀ ਟ੍ਰਿਪਲਸ ਵੀ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਤੁਸੀਂ ਕਿਵੇਂ ਲੱਗੋਗੇ ਬਲਵੰਤ ਸਿੰਘ ਦੇ ਨਾਲ ਮਾਸਟਰ ਕਲਾਸਿਸ ਪਟਿਆਲਾ ਦੇ थैंक यू थैंक यू वेरी मच फॉर दिस लवली टाइम ਸਸ਼ੀਕਲ ਜੀ ਹੋਪਫੁਲੀ ਤੁਸੀਂ ਇਹ ਸੀਰੀਜ਼ ਨੂੰ ਜਿਹੜੀ ਬਲਵੰਤ ਸਰ ਚਲਾ ਰਹੇ ਹੈ ਇਹਨੂੰ ਬਹੁਤ ਪਿਆਰ ਦੇਵੋਗੇ ਤੇ ਇਹ ਪ੍ਰੀਵियस ਇਅਰ ਕੁਐਸਚਨਸ ਦੀ ਸੀਰੀਜ਼ ਲਗਾਤਾਰ ਚਲਦੀ ਰਹੂਗੀ ਤੇ ਆਉਣ ਵਾਲੇ ਸੀਨੀਅਰ ਅਸਿਸਟੈਂਟ ਦੇ ਪੇਪਰਾਂ ਨੂੰ ਟਾਰਗੇਟ ਕਰੂਗੀ ਜੇ ਤੁਸੀਂ ਬਲਵੰਤ ਸਰ ਦੀ ਗਾਈਡੈਂਸ ਲੈਣਾ ਚਾਹੁੰਦੇ ਹੋ ਤੇ ਉਹਨਾਂ ਦੇ ਜੌਬ ਤੱਕ ਪਹੁੰਚਣ ਦੇ ਤਜਰਬੇ ਜਿਹਦੇ ਚ ਉਹਨਾਂ ਨੇ ਪੀ ਟ੍ਰਿਪਲ ਐਸ ਬੀ ਦੇ ਥਰੂ ਕਲੈਰੀਕਲ ਤੇ ਉਸ ਤੋਂ ਬਾਅਦ ਪੀ ਪੀ ਐਸ ਸੀ ਦੇ ਥਰੂ ਕੋਆਪਰੇਟਿਵ ਇਨਸਪੈਕਟਰ ਦਾ ਐਗਜ਼ਾਮ ਕਲੀਅਰ ਕੀਤਾ ਹੈ ਤਾਂ ਉਹਨਾਂ ਦੇ ਇਸ ਤਜਰਬੇ ਨੂੰ ਸਮਝਣ ਵਾਸਤੇ ਕਿਸ ਤਰੀਕੇ ਨਾਲ ਤਿਆਰੀ ਰੂਟ ਕਰਨੀ ਚਾਹੀਦੀ ਹੈ ਉਹਦੇ ਵਾਸਤੇ ਤੁਸੀਂ ਉਹਨਾਂ ਦੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ 8837708381 ਐਂਡ ਜੇ ਤੁਸੀਂ ਮਾਸਟਰ ਕਲਾਸਿਸ ਪਟਿਆਲਾ ਦੇ ਪੀ ਟ੍ਰਿਪਲ ਐਸ ਬੀ ਕਮ ਵਿਜੀਲੈਂਸ ਦੇ ਕੋਰਸ ਚ ਡਾਇਰੈਕਟਲੀ انرੋਲ ਹੋਣਾ ਚਾਹੁੰਦੇ ਹੋ ਐਂਡ ਤੁਸੀਂ ਉਹਨਾਂ ਦਾ ਕੁੱਪਨ ਕੋਡ ਬਲਵੰਤ ਸਰ 15 ਯੂਜ਼ ਕਰਕੇ ਇੱਕ ਬੈਸਟ ਪ੍ਰਾਈਸ ਤੇ ਇਸ ਕੋਰਸ ਚ انرੋਲ ਹੋ ਸਕਦੇ ਹੋ ਥੈਂਕ ਯੂ ਧੰਨਵਾਦ